ਸੀ ਅਤੇ ਸੰਗਤ ਦੇ ਨਾਲ ਕਲਗੀਧਰ ਪਾਤਸ਼ਾਹ ਦੇ 40 ਸਿੰਘਾਂ ਦਾ ਉਤਾਰਾ ਉਹ ਛੋਟਾ ਜਿਹਾ ਪ੍ਰਸੰਗ ਸਾਂਝਾ ਕੀਤਾ ਸੀ ਫਤਿਹ ਦੇ ਬਾਬਤ। ਅਤੇ ਉਮੀਦ ਕਰ ਹੀ ਲੈਣੀ ਚਾਹੀਦੀ ਹੈ ਵੀ 70% ਅਤੇ ਸੰਗਤ ਕੱਲ੍ਹ ਵਾਲੀ ਹੋਣੀ ਚਾਹੀਦੀ ਹੈ। ਅਤੇ ਜੇ 70% ਦੇ ਵਿੱਚੋਂ 50% ਵੀ ਲਾ ਲਈਏ ਵੀ ਜਿਨ੍ਹਾਂ ਨੇ ਸੁਣਿਆ, ਅਤੇ ਉਹਨਾਂ 50 ਦੇ ਵਿੱਚੋਂ ਜੇ 40 ਖਤਮ ਕਰਨ ਤਾਂ ਜ਼ਰੂਰ ਹਾਲ ਕਰੀਬਨ ਜਿੱਥੋਂ ਤੱਕ ਅੰਦਾਜ਼ਾ ਹੈ 125 ਸੰਗਤ ਦਾ ਇਕੱਠ, ਅਤੇ ਜ਼ਰੂਰ ਗੁਰੂ ਦੀ ਹਜ਼ੂਰੀ ਦੇ ਵਿੱਚ ਇਸ ਦੀਵਾਨ ਦੇ ਵਿੱਚ ਗੁਰੂ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਗੂੰਜਣਾ ਚਾਹੀਦਾ ਹੈ। ਕਿਉਂਕਿ ਸ਼ਹੀਦੀਆਂ ਜਦੋਂ ਪੈ ਰਹੀਆਂ ਨੇ, ਸ਼ਹੀਦੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ, ਅਤੇ ਉਹਨਾਂ ਸ਼ਹੀਦੀਆਂ ਦਾ ਜੋ ਬਣਦਾ ਸਤਿਕਾਰ ਹੈ ਅਤੇ ਉਸ ਸਤਿਕਾਰ ਦੀ ਜੋ ਕਥਾ ਹੈ, ਉਸ ਕਥਾ ਦੇ ਵਿੱਚ ਵੀ ਫਤਿਹ ਦੀ ਸਾਂਝ ਢਿੱਲੀ ਹੋਵੇ ਅਤੇ ਫਿਰ ਕਥਾ ਵੀ ਤਾਂ ਗੁਰੂ ਨੇ ਢਿੱਲੀ ਰੱਖਣੀ। ਸੋ ਆਓ ਫਿਰ ਪਿਆਰ ਨਾਲ ਆਪਣੇ ਅੰਦਰੋਂ ਆਵਾਜ਼ ਖਲਕਥਾਨੀ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੇਰੇ ਨਾਲ ਕੋਸ਼ਿਸ਼ ਕਰਨੀ ਵੀ ਹਮ ਰਾਹੀ ਹੋ ਕੇ ਹਮ ਸਫ਼ਰ ਬਣ ਕੇ ਕਲਗੀਧਰ ਪਾਤਸ਼ਾਹ ਦੇ ਉਹ 40 ਸਿੰਘਾਂ ਦਾ 10 ਲੱਖ ਫੌਜ ਦੇ ਨਾਲ ਜੋ ਯੁੱਧ ਹੈ, ਬਿਰਤਾਂਤ ਹੈ, ਉਹ ਅੱਖੀ ਦੇਖਣ ਦਾ, ਉਹ ਦ੍ਰਿਸ਼ ਦੇਖਣ ਦਾ ਆਪ ਜੀ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਫਤਿਹ ਦੇ ਨਾਲ ਨਾਲ ਅਰਦਾਸ ਕਰਨਾ ਹੈ ਕਿ ਅਸੀਂ ਉਹ ਦ੍ਰਿਸ਼ ਅੱਖੀ ਦੇਖ ਸਕੀਏ ਅਤੇ ਮੈਨੂੰ ਵੀ ਸਤਿਗੁਰੂ ਦੀ ਦਾਤ ਬਖਸ਼ਣ ਜੋ ਇਹ ਸਮਾਂ ਹੈ ਉਹ ਸਮੇਂ ਦੇ ਵਿੱਚ ਉਹ ਪ੍ਰਸੰਗ ਆਪ ਤਾਈਂ ਕਹਿ ਸਕਾਂ। ਸੋ ਫਿਰ ਤੋਂ ਪਿਆਰ ਸਤਿਕਾਰ ਦੇ ਨਾਲ ਕੋਈ ਵੀ ਰਸਨਾ ਮਾਂਝੀ ਨਾ ਰਹੇ, ਸਾਰੀ ਸੰਗਤ ਆਖੋ ਜੀ ਵਾਹਿਗੁਰੂ। ਭਾਈ ਜੀ ਜੀ ਸ਼ਬਦ ਪੜ੍ਹ ਕੇ ਗਏ ਗੁਰੂ ਅਮਰਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਜੋ ਵਾਰ ਹੈ, ਜਿਨਕੇ ਚਿੱਤ ਕਠੋਰ ਹੈ ਸਿਬਹ ਹੈ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ। ਪੱਥਰ ਦਿਲ ਇਨਸਾਨ ਗੁਰੂ ਲਾਗੇ ਤਾਂ ਨਹੀਂ ਬੈਠਦਾ ਕਿਉਂਕਿ ਗੁਰੂ ਨੇ ਸੱਚ ਬੋਲਣਾ ਹੈ, ਕਿਉਂਕਿ ਗੁਰੂ ਨੇ ਸੱਚ ਸੁਣਾਉਣਾ, ਉੱਥੇ ਸੱਚ ਵਰਤਦਾ। ਇੱਥੇ ਦੁਕਾਨ, ਇੱਥੇ ਜੋ ਹੱਟ ਚੱਲਦੀ ਹੈ, ਇੱਥੇ ਜੋ ਵਪਾਰ ਚੱਲਦਾ ਹੈ, ਉਹ ਸਿਰਫ ਸੱਚ ਦਾ ਚੱਲਦਾ ਹੈ, ਉੱਥੇ ਸੱਚ ਵਰਤਦਾ। ਕੂੜਿਆਰਾ ਚਿੱਤ ਉਦਾਸ, ਜਿਹਦੇ ਮਨ ਦੇ ਵਿੱਚ ਝੂਠ ਹੋਵੇਗਾ, ਵਿਕਾਰ ਹੋਵੇਗਾ, ਗੁਰੂ ਦੀ ਸੰਗਤ ਵਿੱਚ ਆ ਕੇ ਵੀ ਉਹ ਬਸ ਨਹੀਂ ਲਵੇਗਾ। ਗੁਰੂ ਦੀ ਸੰਗਤ ਵਿੱਚ ਆ ਕੇ ਵੀ ਟੇਢਾ ਹੋ ਕੇ ਵੀ 10-15 ਕਦੋਂ ਭਾਈ ਸਮਾਪਤੀ ਕਰੇ ਅਤੇ ਕਦੋਂ ਰਾਗੀ ਸਿੰਘ ਆਪਣੇ ਵਾਜੇ ਬੰਦ ਕਰਨ ਅਤੇ ਅਸੀਂ ਬਾਹਰ ਨੂੰ ਚੱਲੀਏ। ਪਰ ਜਿਹੜਾ ਸੱਚਾ ਹੋਵੇਗਾ, ਜਿਹਦੇ ਅੰਦਰ ਇੱਕ ਕਿਣਕਾ ਹੋਵੇਗਾ ਸੱਚ ਦਾ, ਉਹ ਜ਼ਰੂਰ ਸੱਚ ਨੂੰ ਸੁਣੇਗਾ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ, ਆਪ ਜੀ ਦੇ ਨਾਲ ਲੜੀ ਆਰੰਭ ਕਰਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਗੱਲ ਸਾਂਝੀ ਕੀਤੀ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੇ ਨਾਲ ਤਕਰੀਬਨ 40 ਸਿੰਘਾਂ ਨੂੰ ਲੈ ਕੇ ਮਲਕਪੁਰ ਰੰਗਣਾ ਤੋਂ ਭਾਈ ਬਚਿੱਤਰ ਸਿੰਘ ਨੂੰ ਭਾਈ ਬਾਬਾ ਅਜੀਤ ਸਿੰਘ ਦੇ ਰਾਹੀਂ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਰੱਖ ਕੇ ਉਸ ਜਗ੍ਹਾ ਤੋਂ ਸਤਿਗੁਰ ਮਹਾਰਾਜ ਜੀ ਤੁਰੇ ਅਤੇ ਤਕਰੀਬਨ ਸ਼ਾਮ ਦਾ ਵਕਤ ਹੋ ਗਿਆ, ਚਮਕੌਰ ਪਹੁੰਚਦਿਆਂ ਹੋਇਆਂ ਅਤੇ ਬੁੱਧੀ ਚੰਦ ਰਾਤ ਜਿਹੜਾ ਹੈ ਉਹਦੀ ਹਵੇਲੀ ਦੇ ਵਿੱਚ ਸਤਿਗੁਰ ਮਹਾਰਾਜ ਜੀ 40 ਸਿੰਘਾਂ ਨਾਲ ਪਹੁੰਚੇ। ਜੋ ਗੜੀ ਦੀ ਮੈਂ ਕੱਲ੍ਹ ਗੱਲ ਕੀਤੀ ਸੀ, ਗੜੀ ਇਸ ਢੰਗ ਨਾਲ ਬਣੀ ਹੋਈ ਸੀ ਕਿ ਇੱਕ ਦਰਵਾਜ਼ਾ ਢਲਾਣ ਵੱਲ ਹੈ, ਬਿਸ਼ੱਕ ਉੱਚੀ ਜਗ੍ਹਾ 'ਤੇ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣ ਅੱਜ ਉੱਚੀ ਜਗ੍ਹਾ 'ਤੇ ਹੈ, ਤਿੰਨ ਪਾਸਿਆਂ ਤੋਂ ਕੋਈ ਦਰਵਾਜ਼ਾ ਨਹੀਂ, ਇੱਕ ਦਰਵਾਜ਼ਾ ਹੈ ਉਹ ਢਲਾਣ ਨੂੰ ਆਉਂਦਾ, ਕੇਖਾਂ ਨੂੰ ਆਉਂਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਐਸਾ ਜਰਨੈਲ ਕਿੱਡਾ ਹੋਵੇਗਾ, ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇੱਕ ਜਰਨੈਲ ਸੀ ਜਿਹਨੂੰ ਨਲੂਆ ਕਿਹਾ ਜਾਂਦਾ ਸੀ, ਅਤੇ ਜਿਸ ਧਰਤੀ 'ਤੇ ਤੁਸੀਂ ਬੈਠੇ ਹੋ ਉੱਥੋਂ ਦੇ ਮੈਗਜ਼ੀਨ ਨੇ ਜੋ ਦੁਨੀਆਂ ਦੇ ਸਰਵੋਤਮ ਜਰਨੈਲ ਨੇ ਉਹਨਾਂ ਵਿੱਚੋਂ ਪਹਿਲੇ ਨੰਬਰ ਦਾ ਦਰਜਾ ਦਿੱਤਾ, ਜਿਹਦਾ ਨਾਮ ਹਰੀ ਸਿੰਘ ਨਲੂਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਮਾਲ ਦੇ ਨਾਲ ਯੁੱਧ ਭੂਮੀ ਦੇ ਲਈ ਵਧੀਆ ਥਾਂ ਚੁਣੀ,
ਤੇ ਉਹ ਦਰਵਾਜੇ ਦੇ ਗੜੀ ਦੇ ਮੁੱਖ ਦਰਵਾਜੇ ਤੇ ਦੋ ਸਿੰਘਾਂ ਨੂੰ ਖਿਲਾਰਿਆ। ਇੱਕ ਦਾ ਨਾਮ ਸੀ ਭਾਈ ਮਦਨ ਸਿੰਘ, ਦੂਸਰੇ ਦਾ ਨਾਮ ਸੀ ਭਾਈ ਕਾਠਾ ਸਿੰਘ। ਸੱਜੇ ਪਾਸੇ ਵੀ ਚਾਰ ਸਿੰਘ ਲਾਏ, ਦੂਜੇ ਪਾਸੇ ਵੀ ਚਾਰ, ਕੁਝ ਆਰਾਮ ਕਰਨ ਲੱਗ ਪਏ। ਇਹ ਜ਼ਿਕਰ ਆਪਾਂ ਕੱਲ ਕਰ ਚੁੱਕੇ। ਜਦੋਂ ਸਤਿਗੁਰੂ ਮਹਾਰਾਜ ਜੀ ਕਿਲੇ ਅੰਦਰ ਆ ਗਏ, ਰਾਤ ਦਾ ਸਮਾਂ ਗੁਜ਼ਰ ਗਿਆ। ਸਵੇਰ ਚੜ੍ਹਦੇ ਹੀ ਮੁਗਲ ਹਕੂਮਤ ਜਿੰਨੀ ਸੀ, ਜੋ ਦਿੱਲੀ ਤੋਂ ਫੌਜ ਆਈ, ਜੋ ਰੋਪੜ ਤੋਂ ਚੜ੍ਹ ਕੇ ਆਈ, ਜੋ ਸਰਹਿੰਦ ਤੋਂ ਚੜ੍ਹ ਕੇ ਆਈ, ਤੇ 32 ਪਰਗਣੇ ਜਿਹੜੇ ਸਨ ਉਹ ਸਰਹੰਦ ਨੂੰ ਲੱਗਦੇ ਮੰਨੇ ਜਾਂਦੇ ਸਨ, ਸਾਰੇ ਪਰਗਣੇ ਚੜ੍ਹ ਕੇ ਆਏ। ਪਹਾੜੀਏ ਜਿਹੜੇ ਉਹ ਆਏ, ਰੰਗੜ ਆਏ, ਗੁੱਜਰ ਆਏ, ਤੇ ਜਿੰਨੇ ਵੀ ਪਹਾੜੀਆਂ ਨੇ ਆਪਣੀ ਕੈਦ ਦੇ ਵਿੱਚ ਕੈਦੀ ਰੱਖੇ ਸਨ, ਸਾਰੇ ਆਜ਼ਾਦ ਕਰ ਦਿੱਤੇ। ਇਸ ਕਰਕੇ ਕਿ ਗੁਰੂ ਨੂੰ ਤੇ ਗੁਰੂ ਦੇ ਖਜ਼ਾਨੇ ਨੂੰ ਤੇ ਗੁਰੂ ਦੀ ਧਰਤੀ ਜਿਹਦੇ 'ਤੇ ਉਹ ਰਹਿੰਦਾ ਹੈ ਉਹਨੂੰ ਨੇਸ ਤੋਂ ਨਾਬੂਦ ਕਰ ਦੇਵੋ, ਤੁਹਾਡੀਆਂ ਸਜ਼ਾਵਾਂ ਮਾਫ਼ ਕਰ ਦਿੱਤੀਆਂ ਜਾਣ। ਕਲਗੀਧਰ ਪਾਤਸ਼ਾਹ ਨੇ ਉਹਦਾ ਜ਼ਿਕਰ ਕੀਤਾ, ਦਰਸ਼ਨ ਚਕਾਰ ਪੁਨਤ ਚਿਹਲ ਨਰ ਕੇ ਦਲ ਅਕਬਰ ਆਏ ਬਰੋ ਬੇਖਬਰ। ਐ ਔਰੰਗਜ਼ੇਬ ਭੁੱਖੇ ਤਿਹਾਏ, ਕਈ ਦਿਨਾਂ ਦੇ ਜਿਨ੍ਹਾਂ ਨੇ ਆਰਾਮ ਨਹੀਂ ਕੀਤਾ, ਸੁੱਤੇ ਨਹੀਂ ਹਨ, ਉਹ ਭੁੱਖੇ ਤਿਹਾਏ। 40 ਸਿੰਘ ਕਦੋਂ ਤੱਕ 10 ਲੱਖ ਫੌਜ ਦੇ ਨਾਲ ਲੜ ਸਕਦੇ ਸੀ, ਤੇ ਵਾਹ ਵਕਤ ਲਾ ਕੇ ਲੜੇ ਵੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੇ ਨਾਲ ਕੁਝ ਸਿੰਘਾਂ ਦੇ ਨਾਲ ਗੁੰਟੀ ਦੇ ਉੱਪਰ ਚਲੇ ਗਏ। ਜਿਹੜਾ ਸੂਬਾ ਸਰਹੰਦ ਸੀ ਵਜ਼ੀਰ ਖਾਂ, ਉਹਨੇ ਆਪਣੇ ਕੋਲ ਸਾਰੇ ਜਰਨੈਲਾਂ ਨੂੰ ਸੱਦਿਆ, ਤੇ ਜਰਨੈਲਾਂ ਨੂੰ ਸੱਦ ਕੇ ਉਹਨੇ ਇਹ ਗੱਲ ਕਹੀ ਕਿ ਕਿਹੜਾ ਐਸਾ ਜਰਨੈਲ ਹੈ ਕਿ ਜਿਹੜਾ ਬਿਨਾਂ ਆਪਣਾ ਕੋਈ ਬੰਦਾ ਮਰਵਾਇਆ ਗੋਬਿੰਦ ਨੂੰ ਪਕੜ ਕੇ ਲੈ ਆਵੇ ਜਾਂ ਮਾਰ ਦੇਵੇ। ਜਦੋਂ ਇਹ ਗੱਲ ਕਹੀ ਤੇ ਜਿੰਨੇ ਉਹਦੇ ਉੱਚ ਕੋਟੀ ਦੇ ਵੱਡੇ ਵੱਡੇ ਜਰਨੈਲ ਸਨ, ਉਹਨਾਂ ਦੇ ਵਿੱਚੋਂ ਪਹਿਲਾ ਜਰਨੈਲ ਨਿਕਲਿਆ ਜਿਹਦਾ ਨਾਮ ਦਿਲਸ਼ੇਰ ਖਾਂ ਦੱਸਿਆ। ਦਿਲਸ਼ੇਰ ਖਾਂ ਕਹਿੰਦਾ ਮੈਂ ਜਾਵਾਂਗਾ ਤੇ ਗੋਬਿੰਦ ਨੂੰ ਪਕੜ ਕੇ ਲੈ ਕੇ ਆਵਾਂਗਾ, ਇੱਕ ਵੀ ਬੰਦਾ ਨਹੀਂ ਮਰਨ ਦਿੰਦਾ। ਦਿਲਸ਼ੇਰ ਖਾਂ ਨੇ ਸਭ ਤੋਂ ਪਹਿਲਾ ਹਮਲਾ ਚਮਕੌਰ ਦੀ ਗੜੀ ਉੱਪਰ ਕੀਤਾ। ਪਹਿਲੇ ਹਮਲੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਉੱਪਰ ਖੜੇ ਨੇ, ਇਹ ਆਪਣੇ ਨਾਲ ਲੈ ਕੇ ਜਦੋਂ ਕੁਝ ਬੰਦਿਆਂ ਨੂੰ ਚੱਲਿਆ ਤੇ ਗੜੀ ਦੇ ਵਿੱਚੋਂ ਤੀਰਾਂ ਦੀ ਬਾਛੜ ਹੋਈ, ਇੱਕ ਤੀਰ ਕਲਗੀਧਰ ਪਾਤਸ਼ਾਹ ਦਾ ਦਿਲਸ਼ੇਰ ਖਾਂ ਉੱਥੇ ਲੱਗ ਗਿਆ। ਇਹ ਵੇਲੇ ਇੰਨੀ ਜ਼ੋਰ ਦੇ ਨਾਲ ਤੀਰ ਲੱਗਾ, ਮੈਂ ਛੋਟੀ ਜਿਹੀ ਗੱਲ ਤੁਹਾਨੂੰ ਦੱਸ ਦੇਵਾਂ, ਤੀਰ ਅੰਦਾਜ਼ ਦੁਨੀਆਂ ਦੇ ਵਿੱਚ ਅਰਜਨ ਤੋਂ ਲੈ ਕੇ ਬੜੇ ਵੱਡੇ ਵੱਡੇ ਧਨੁਖਧਾਰੀ ਹੋਏ ਨੇ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਾਬਤ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਦਾ ਜਿਹੜਾ ਧਨੁੱਖ ਸੀ ਉਹਦਾ ਆਕਾਰ, ਉਸ ਧਨੁੱਖ ਦੇ ਵਿੱਚ ਤੀਰ ਚਿਲਾ ਤੇ ਚੜ੍ਹਾ ਕੇ ਕੋਈ ਆਮ ਬੰਦਾ ਨਹੀਂ ਸੀ ਚਲਾ ਸਕਦਾ। ਉਸ ਤੀਰ ਉਸ ਧਨੁੱਖ ਦੇ ਉੱਪਰ ਰੱਖ ਕੇ, ਚਿਲਾ ਤੇ ਤੀਰ ਰੱਖ ਕੇ ਜਿਹੜੀ ਤਾਰ ਨੂੰ ਪਿੱਛੇ ਖਿੱਚਿਆ ਜਾਂਦਾ ਸੀ, ਉਹ ਸਿਰਫ ਉਹੀ ਬੰਦਾ ਚੁੱਕ ਸਕਦਾ ਸੀ, ਖਿੱਚ ਸਕਦਾ ਸੀ, ਜਿਹੜਾ ਇਨਸਾਨ ਆਪਣੇ ਇੱਕ ਹੱਥ ਦੇ ਨਾਲ 396 ਪਾਉਂਡ ਦਾ ਭਾਰ ਚੁੱਕਦਾ ਹੋਵੇ, ਤਕਰੀਬਨ 180 ਕੁ ਕਿਲੋ ਜਾਂ 85 ਕਿਲੋ ਬਣਦਾ ਹੈ। 185 ਕਿਲੋ ਭਾਰ ਜਿਹੜਾ ਇਨਸਾਨ ਆਪਣੇ ਇੱਕ ਹੱਥ ਦੇ ਨਾਲ ਚੁੱਕਦਾ ਹੋਵੇ, ਉਹ ਕਲਗੀਧਰ ਪਾਤਸ਼ਾਹ ਦਾ ਤੀਰ ਚਲਾ ਸਕਦਾ ਸੀ। ਅੰਦਾਜ਼ਾ ਲਾ ਲਈਏ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਜੂਆਂ ਦੇ ਵਿੱਚ ਕਿੰਨੀ ਕੁ ਤਾਕਤ ਰਹੀ ਹੋਵੇ। ਸਤਿਗੁਰ ਮਹਾਰਾਜ ਨੇ ਇੰਨੀ ਜ਼ੋਰ ਦੇ ਨਾਲ ਤੀਰ ਚਲਾਇਆ ਕਿ ਉਹ ਦਿਲਸ਼ੇਰ ਖਾਂ ਤਕਰੀਬਨ 20 ਮੀਟਰ ਪਿੱਛੇ ਜਾ ਕੇ ਬਹੁਤ ਦੂਰ ਜਾ ਕੇ ਡਿੱਗਾ, ਪਹਿਲੇ ਹੱਲੇ ਵਿੱਚ ਮਰ ਗਿਆ। ਸੂਬਾ ਸਰਹੰਦ ਨੇ ਫੇਰ ਸਾਰਿਆਂ ਨੂੰ ਸੱਦਿਆ ਤੇ ਹੁਣ ਪੁਰਾਣੇ ਪਾਕ ਦੀ ਕਸਮ ਦਿਲਵਾਈ, ਤੁਸੀਂ ਸਹੁੰ ਖਾਓ ਆਪਣੇ ਧਰਮ ਦੀ, ਮੁਹੰਮਦ ਸਾਹਿਬ ਦੀ, ਆਪਣੇ ਦੀਨ ਦੀ, ਕਿ ਕਲਗੀਧਰ ਨੂੰ ਪਕੜ ਕੇ ਲੈ ਕੇ ਆਵੋਗੇ। ਕਹਿੰਦੇ ਦੂਜੇ ਨੰਬਰ ਤੇ ਨਾਰ ਖਾਂ ਨਾਮ ਦਾ ਜਰਨੈਲ ਉੱਠਿਆ। ਨਾਰ ਖਾਂ ਉੱਠਿਆ, ਨਾਰ ਖਾਂ ਨੇ ਕਲਗੀਧਰ ਪਾਤਸ਼ਾਹ ਮਾਂ ਵੱਲ ਕਦਮ ਵਧਾਏ। ਜਦੋਂ ਆਪਣੇ ਨਾਲ ਕੁਝ ਨਾਲ ਸਿੰਘਾਂ ਨੂੰ ਸਿੰਘਾਂ ਦੇ ਉੱਪਰ ਹਮਲਾ ਕਰਨ ਦੇ ਲਈ ਕੁਝ ਸਿਪਾਹੀ ਲੈ ਕੇ ਆਇਆ, ਇਹ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਤੀਰ ਦਾ ਨਿਸ਼ਾਨਾ ਬਣ ਗਿਆ, ਮੌਕੇ ਤੇ ਮਰ ਗਿਆ। ਬੰਦੇ ਦੇ ਨਾਲ ਦੇ ਫਿਰ ਪਿੱਛੇ ਨੂੰ ਭੱਜ ਗਿਆ। ਤੀਸਰੀ ਥਾਂ ਤੇ ਇੱਕ ਖਵਾਜਾ ਮਰਦੂਦ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਮਰਦੂਦ ਲਿਖਿਆ ਹੈ, ਆ ਖਵਾਜਾ ਮਰਦੂਦ, ਮਰਦੂਦ ਦਾ ਭਾਵ ਹੈ ਧਿਕਾਰਿਆ ਹੋਇਆ, ਦੁਕਾਰਿਆ ਹੋਇਆ, ਨਕਾਰਿਆ ਹੋਇਆ, ਨਾ ਕਾਬਿਲ ਸਤਿਗੁਰੂ ਮਹਾਰਾਜ ਜੀ ਦੇ ਵੱਲ ਹਮਲਾ ਕਰਨ ਦੇ ਲਈ। ਤੀਜੀ ਜਗ੍ਹਾ ਤੇ ਆਇਆ ਜਿਹੜਾ ਸ਼ੇਰ ਮੁਹੰਮਦ ਦਾ, ਜੋ ਮਲੇਰਕੋਟਲੇ ਦਾ ਨਵਾਬ ਸੀ, ਉਹਦਾ ਭਰਾ ਲੱਗਦਾ ਸੀ, ਇਹਨੂੰ ਮਰਦੂਦ ਲਿਖਿਆ।
ਕਹਿੰਦੇ ਇਹ ਆਇਆ ਕਹਿਣ ਲੱਗਾ ਸੂਬਾ ਸਰਹੰਦ ਮੈਂ ਪੌੜੀ ਲਾਵਾਂਗਾ, ਮੇਰੇ ਚ ਇੰਨੀ ਫੁਰਤੀ ਹੈ ਕਿ ਪੌੜੀ ਲਾ ਕੇ ਮੈਂ ਅੰਦਰ ਚਲਾ ਜਾਵਾਂਗਾ, ਦਰਵਾਜ਼ਾ ਖੋਲ ਦੇਵਾਂਗਾ, ਤੁਸੀਂ ਸੈਨਾ ਲੈ ਕੇ ਆ ਜਾਇਓ ਤੇ ਗੁਰੂ ਕਲਗੀਧਰ ਨੂੰ ਫੜ ਲਵਾਂਗਾ। ਇਹ ਖਵਾਜਾ ਮਰਦੂਦ ਉਸ ਜਗ੍ਹਾ ਤੇ ਪਹੁੰਚਿਆ ਜਦੋਂ ਪੌੜੀ ਲਾ ਕੇ ਤਾਂ ਨੂੰ ਹੋਇਆ ਤੇ ਕਲਗੀਧਰ ਪਾਤਸ਼ਾਹ ਨੇ ਇਹਦੇ ਸਿਰ ਦਾ ਜਿਹੜਾ ਨਿਸ਼ਾਨਾ ਬਣਾਇਆ ਤੇ ਕਲਗੀਧਰ ਪਾਤਸ਼ਾਹ ਦਾ ਕਹਿੰਦੇ ਤੀਰ ਵੇਖ ਕੇ ਇੱਕਦਮ ਪਿੱਛੇ ਨੂੰ ਚਲਾ ਗਿਆ, ਹੇਠਾਂ ਹੋ ਗਿਆ, ਸਿਰ ਲੁਕਾ ਗਿਆ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਐ ਔਰੰਗਜ਼ੇਬ ਤੇਰਾ ਇੱਕ ਜਰਨੈਲ ਆਇਆ ਸੀ, ਕਾਸ਼ ਕਿਧਰੇ ਸਾਡੇ ਸਾਹਮਣੇ ਆ ਜਾਂਦਾ ਤੇ ਜਿੱਦਾਂ ਨਾਲ ਖਾਨ ਨੂੰ ਇੱਕ ਤੀਰ ਬਖਸ਼ਿਆ ਹੈ, ਜਿੱਦਾਂ ਦਿਲਸ਼ੇਰ ਖਾਨ ਨੂੰ ਇੱਕ ਤੀਰ ਬਖਸ਼ਿਆ ਹੈ, ਤੇਰੇ ਇਸ ਜਰਨੈਲ ਨੂੰ ਅਸੀਂ ਤੀਰ ਬਖਸ਼ ਕੇ ਮੁਕਤ ਕਰ ਦਿੱਤਾ। ਕਲਗੀਧਰ ਪਾਤਸ਼ਾਹ ਦੇ ਬੋਲ ਗਏ। ਜਦੋਂ ਤੀਜੀ ਥਾਂ ਤੋਂ ਚੌਥਾ ਇੱਕ ਹੋਰ ਜਰਨੈਲ ਆਇਆ, ਉਹਦੀ ਸਿਫਤ ਕੀਤੀ ਹੈ ਮਹਾਰਾਜ ਨੇ ਜ਼ਫਰਨਾਮਾ ਦੇ ਵਿੱਚ। ਮਹਾਰਾਜ ਕਹਿੰਦੇ ਤੇਰਾ ਇੱਕ ਬਹਾਦਰ ਜਰਨੈਲ ਆਇਆ, ਏਡੀ ਕਮਾਲ ਦੀ ਜੰਗ ਕਰਦਾ ਹੋਇਆ ਉਹਨੇ ਸਾਡੇ ਤਕਰੀਬਨ 5-7 ਸਿੰਘ ਸ਼ਹੀਦ ਕਰ ਦਿੱਤੇ। ਇਸ ਹੱਲੇ ਦੇ ਵਿੱਚ ਜੋ ਦਰਵਾਜ਼ੇ ਤੇ ਮੁੱਖ ਦਰਵਾਜ਼ੇ ਤੇ ਖੜੇ ਸਨ ਭਾਈ ਮਦਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ, ਇਹ ਦੋਵੇਂ ਸਿੰਘ ਉਸ ਦਰਵਾਜ਼ੇ ਦੇ ਉੱਪਰ ਇਹਦੇ ਹੱਲੇ ਦੇ ਨਾਲ ਹਮਲੇ ਦੇ ਨਾਲ ਸ਼ਹੀਦ ਹੋ ਗਏ। ਕਲਗੀਧਰ ਪਾਤਸ਼ਾਹ ਨੇ ਇਹਦੇ ਵੀ ਇੱਕ ਤੀਰ ਦਾ ਨਿਸ਼ਾਨਾ ਬਣਿਆ ਤੇ ਇਹਨੂੰ ਵੀ ਕਤਲ ਕਰ ਦਿੱਤਾ, ਮਾਰ ਦਿੱਤਾ। ਸਤਿਗੁਰ ਮਹਾਰਾਜ ਨੇ ਬਾਕੀ ਦੇ ਪੰਜਾਂ ਸਿੰਘਾਂ ਦੇ ਨਾਲ, ਪੰਜ ਪਿਆਰਿਆਂ ਦੇ ਨਾਲ ਇੱਕ ਸਲਾਹ ਕੀਤੀ, ਇਹ ਹਮਲਾ ਕਰਨਗੇ ਕਦੋਂ ਤੱਕ ਅਸੀਂ ਡਟਾਂਗੇ, ਕੁਝ ਏਦਾਂ ਦਾ ਹੱਲ ਲੱਭਿਆ ਜਾਏ ਜੇ ਕਿਧਰੇ ਇਹਨਾਂ ਨੇ ਬਾਹਰ ਉਸ ਜਗ੍ਹਾ ਨੂੰ ਘੇਰ ਕੇ ਸਾਨੂੰ ਜਬਰਬੰਦ ਕਰ ਦਿੱਤਾ, ਭਾਵ ਨਾ ਕੋਈ ਅੰਦਰ ਆ ਸਕੇ ਨਾ ਕੋਈ ਬਾਹਰ ਜਾ ਸਕੇ, ਤੇ ਕਦੋਂ ਤੱਕ ਅਸੀਂ ਰੁਕ ਸਕਦੇ ਹਾਂ, ਜਿੱਦਾਂ ਅਨੰਦਪੁਰ ਦੇ ਵਿੱਚ 7 ਮਹੀਨੇ ਰਿਹਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਿੰਘਾਂ ਨੇ ਸਲਾਹ ਕੀਤੀ। ਸਭ ਤੋਂ ਪਹਿਲਾਂ ਜਿਹੜਾ ਜਥਾ ਸੀ ਉਹ ਬਾਬਾ ਹਿੰਮਤ ਸਿੰਘ ਪਿਆਰੇ ਹਿੰਮਤ ਸਿੰਘ ਜੀ ਲੈ ਕੇ ਗਏ। ਪੰਜਾਂ ਸਿੰਘਾਂ ਦੇ ਨਾਲ ਜਦੋਂ ਬਾਹਰ ਗਏ, ਕਈਆਂ ਦੇ ਆਗੂ ਲਾਏ, ਕਈਆਂ ਨੂੰ ਕਤਲ ਕੀਤਾ, ਅਖੀਰ ਜਥਾ ਸ਼ਹੀਦ ਹੋ ਗਿਆ। ਉਸ ਤੋਂ ਬਾਅਦ 2-3 ਜਥੇ ਪੰਜਾਂ ਸਿੰਘਾਂ ਦੇ ਇਸੇ ਤਰ੍ਹਾਂ ਬਾਹਰ ਗਏ ਤੇ ਅਖੀਰ ਸ਼ਹੀਦ ਹੋ ਗਏ। ਜਦੋਂ ਕਲਗੀਧਰ ਪਾਤਸ਼ਾਹ ਦੇ ਕੋਲੋਂ 4 ਜਥੇ ਤਕਰੀਬਨ 20 ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਚਮਕੌਰ ਦੇ ਬਾਹਰ, ਤੇ ਕਲਗੀਧਰ ਪਾਤਸ਼ਾਹ ਦਾ 1700 ਵਰ੍ਹਿਆਂ ਦਾ ਫਰਜੰਦ ਬਾਬਾ ਅਜੀਤ ਸਿੰਘ ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਦੇ ਸਮੁੱਖ ਆਇਆ। ਮਹਾਰਾਜ ਗੁਰੂ ਪਿਤਾ ਜੀ ਅਗਲੇ ਜਥੇ ਦੇ ਵਿੱਚ ਮੈਂ ਚੱਲਾਂਗਾ। ਸਤਿਗੁਰ ਮਹਾਰਾਜ ਜੀ ਮੁਸਕਰਾਏ, ਖੁਸ਼ ਹੋਏ ਕਿ ਆਪਣੇ ਆਪ ਫਰਜੰਦ ਨੇ ਆਪ ਕਿਹਾ ਹੈ, ਪੁੱਤਰ ਨੇ ਆਪ ਕਿਹਾ ਹੈ, ਗੁਰੂ ਪਿਤਾ ਅਗਲੇ ਜਥੇ ਦੇ ਵਿੱਚ ਮੈਂ ਚੱਲਾਂਗਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਤੁਹਾਡਾ ਪੁੱਤਰ ਅਜੀਤ ਸਿੰਘ ਸਾਹਿਬਜ਼ਾਦਾ ਸਾਡਾ ਭਾਈ ਚੱਲਿਆ ਹੈ, ਤੁਸੀਂ ਇਜਾਜ਼ਤ ਕਿਵੇਂ ਦਿੱਤੀ ਹੈ? ਤੇ ਪਾਸ ਹੀ ਖੜੇ ਬਾਬਾ ਅਜੀਤ ਸਿੰਘ ਨੇ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਨੂੰ ਮੁਖਾਤਬ ਹੋ ਕੇ ਸ਼ਬਦ ਕਹੇ, ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਮੇਰਾ ਨਾਮ ਅਜੀਤ ਰੱਖਿਆ ਹੈ, ਅਜੀਤ ਤੋਂ ਭਾਵ ਜਿਹੜਾ ਜਿੱਤਿਆ ਨਹੀਂ ਜਾ ਸਕਦਾ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਜੋ ਗਿਆ ਅਗਰ ਜੀਤਾ ਨਹੀਂ ਆਊਂਗਾ। ਨਾਮ ਮੇਰਾ ਅਜੀਤ ਸਿੰਘ ਹੈ ਤੇ ਦੁਨੀਆਂ ਦੀ ਕੋਈ ਤਾਕਤ ਕਲਗੀਧਰ ਦੇ ਸਪੂਤ ਨੂੰ ਜਿੱਤ ਨਹੀਂ ਸਕਦੀ, ਪਰ ਜੇ ਸਰੀਰ ਕਰਕੇ ਆਖਰੀ ਦਮ ਨਿਕਲ ਗਿਆ ਰਣ ਮੈਦਾਨ ਦੇ ਵਿੱਚ ਜੰਗ ਦੇ ਵਿੱਚ, ਤੇ ਕਲਗੀਧਰ ਪਾਤਸ਼ਾਹ ਤੁਹਾਡਾ ਪੁੱਤਰ ਜਿਹੜਾ ਹੈ ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਉਹ ਮਰਦ ਨਹੀਂ ਗਿਣਿਆ ਜਾ ਸਕਦਾ ਜਿਹੜਾ ਬਚਨ ਕਰਕੇ ਬਚਨ ਤੋਂ ਫਿਰ ਜਾਏ, ਤੁਹਾਡਾ ਪੁੱਤਰ ਹਾਂ ਬਚਨ ਕਰਦਾ ਤਾਂ ਜੀਤਾ ਜੋ ਗਿਆ ਅਗਰ ਜੀਤਾ ਨਹੀਂ ਆਊਂਗਾ, ਜੇ ਮੇਰਾ ਸਰੀਰ ਉੱਥੇ ਲੜਦਿਆਂ ਲੜਦਿਆਂ ਰਹਿ ਗਿਆ ਤੇ ਮਹਾਰਾਜ ਮੈਂ ਵਾਪਸ ਤੁਹਾਡੇ ਸਾਹਮਣੇ ਨਹੀਂ ਆਊਂਗਾ। ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਕੋਲੋਂ ਵਿਦਿਆ ਹੋ ਕੇ ਬਾਬਾ ਅਜੀਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਜੀ ਨੂੰ ਨਾਲ ਲੈ ਕੇ ਇਹ ਪੰਜਾਂ ਸਿੰਘਾਂ ਦਾ ਜਥਾ ਉਸ ਗੜੀ ਦੇ ਵਿੱਚੋਂ ਬਾਹਰ ਆਇਆ। ਬੜਾ ਕਮਾਲ ਦਾ ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਅਸੀਂ ਤੇ ਕਈ ਵਾਰ ਉਹਨਾਂ ਦੇ ਸ਼ੇਰ ਪੜ੍ਹ ਦਿੰਦੇ ਤੇ ਪਰ ਉਹਨਾਂ ਬਾਰੇ ਗੱਲ ਨਹੀਂ ਕਰਦੇ, ਸਿੱਖ ਕੌਮ ਤੇ ਏਦਾਂ ਦੀ ਨਹੀਂ। ਜੇ ਕਲਗੀਧਰ ਪਾਤਸ਼ਾਹ ਖਵਾਜਾ ਮਰਦੂਦ ਨੂੰ ਕਹਿੰਦੇ ਨੇ ਤਿਤਾਰਿਆ ਹੋਇਆ ਤੇ ਦੂਜਾ ਜਿਹੜਾ ਜਰਨੈਲ ਆਉਂਦਾ ਉਹਨੂੰ ਕਹਿੰਦੇ ਕਾਬਿਲ ਤਾਰੀਫ ਹੈ, ਇਹਦੀ ਜੋ ਲੜਨ ਸ਼ਕਤੀ ਹੈ, ਇਹਦੀ ਜੋ ਯੁੱਧ ਨੀਤੀ ਹੈ, ਇਹਦੀ ਜੋ ਬਹਾਦਰੀ ਕਮਾਲ ਦੀ ਹੈ, ਤਾਂ ਸਾਨੂੰ ਵੀ ਕਹਿਣਾ ਪਵੇਗਾ। ਅੱਲਾ ਜ਼ਾਰ ਖਾਂ ਜੋਗੀ ਨੇ ਜਦੋਂ 1915 ਦੇ ਵਿੱਚ ਗੰਜੇ ਸ਼ਹੀਦਾਂ ਲਿਖੀ ਤੇ ਉੱਥੇ ਆ ਕੇ ਕਾਜ਼ੀਆਂ ਨੇ ਇਹਨੂੰ ਫਤਵਾ ਦੇ ਦਿੱਤਾ
ਕਿ ਜੋਗੀ ਅੱਜ ਤੋਂ ਬਾਅਦ ਤੂੰ ਨਮਾਜ਼ ਪੜ੍ਹਨੀ ਨਹੀਂ ਹੈ, ਅੱਜ ਤੋਂ ਬਾਅਦ ਤੂੰ ਮਸੀਤ ਵਿੱਚ ਨਹੀਂ ਆਉਣਾ, ਅੱਜ ਤੋਂ ਬਾਅਦ ਤੂੰ ਉਹ ਮਗਰਬੀ ਇਸ਼ਾ ਕੀ ਇਹ ਨਮਾਜ਼ਾਂ ਅਦਾ ਨਹੀਂ ਕਰਨੀਆਂ। ਤੇ 30 ਸਾਲ ਤੱਕ ਜੋਗੀ ਸਾਹਿਬ ਮਸਜਿਦ ਦੇ ਵਿੱਚ ਨਹੀਂ। 30 ਸਾਲਾਂ ਦੇ ਬਾਅਦ ਇੱਕ ਕਾਜੀ ਇਹਨਾਂ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਵੀ ਜੇ ਤੂੰ ਕਹਿ ਦਵੇਂ ਵੀ ਗੁਰੂ ਗੋਬਿੰਦ ਦੀ ਜਿਹੜੀ ਰਚਨਾ ਲਿਖੀ ਸੀ ਉਹਦੇ ਪੁੱਤਰਾਂ ਦੀ ਉਹ ਕਾਫਿਰ ਸੀ ਤੇ ਕਾਫਿਰ ਦੀ ਰਚਨਾ ਮੈਂ ਲਿਖ ਦਿੱਤੀ ਹੈ ਤੇ ਜਾ ਅੱਜ ਤੋਂ ਬਾਅਦ ਤੇਰੇ ਤੇ ਜਿਹੜਾ ਜੁਰਮ ਕੀਤਾ ਲਾਇਆ ਗਿਆ ਸੀ ਉਹ ਜਿਹੜੀ ਚੀਜ਼ ਸੀ ਉਹ ਖਤਮ ਕਰ ਦਿੱਤੀ ਜਾਏਗੀ, ਤੂੰ ਵਾਪਸ ਮਸਜਿਦ ਵਿੱਚ ਆ ਸਕਦਾ ਹੈ, ਵਾਪਸ ਇਸ ਭਾਈਚਾਰੇ ਵਿੱਚ ਸ਼ਾਮਿਲ ਹੋ ਸਕਦਾ ਹੈ, ਵਾਪਸ ਨਿਵਾਜ਼ਾਂ ਅਦਾ ਕਰ ਸਕਦਾ। ਅੱਲਾ ਜ਼ਾਰ ਖਾਂ ਜੋਗੀ ਨੇ ਕਿਹਾ ਨਹੀਂ, ਜਿਹੜਾ ਪਿਛਲੇ 30 ਸਾਲ ਜਿਸ ਗੁਰੂ ਦੇ ਚਰਨਾਂ ਨੂੰ ਚੁੰਮਦਿਆਂ ਹੋਇਆਂ, ਜਿਸ ਗੁਰੂ ਨੂੰ ਸਿਜਦਾ ਕਰਦਿਆਂ ਹੋਇਆਂ, ਜਿਹੜੀ ਨਿਮਾਜ਼ ਮੈਂ ਅਦਾ ਕਰ ਰਿਹਾ ਹਾਂ, ਮਰਨ ਦੇ ਵਕਤ ਤੱਕ ਆਖਰੀ ਸਾਹ ਤੱਕ ਉਸੇ ਗੁਰੂ ਨੂੰ ਯਾਦ ਕਰਕੇ ਉਹ ਨਿਮਾਜ਼ ਅਦਾ ਕਰਾਂਗਾ, ਮੈਨੂੰ ਕਿਸੇ ਖਾਸ ਇਮਾਰਤ ਦੀ ਲੋੜ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਸਬੂਤ ਬਾਬਾ ਅਜੀਤ ਸਿੰਘ ਜਦੋਂ ਬਾਹਰ ਗਿਆ ਤੇ ਅੱਲਾ ਜ਼ਾਰ ਖਾਂ ਜੋਗੀ ਬੜਾ ਕਮਾਲ ਨਾਲ ਲਿਖਦਾ ਹੈ ਉਸ ਦ੍ਰਿਸ਼ ਨੂੰ, ਤੁਸੀਂ ਥੋੜ੍ਹਾ ਜਿਹਾ ਸੁਰਤੀ ਟਿਕਾ ਕੇ ਗਹਿਰਾਈ ਦੇ ਵਿੱਚ ਲਵੋਗੇ ਨਾ, ਤੇ ਕਲਗੀਧਰ ਪਾਤਸ਼ਾਹ ਗੁੰਮਟੀ ਦੇ ਉੱਪਰ ਆਪਣੇ ਕਮਾਨ ਦੇ ਵਿੱਚ ਤਲੁੱਖ ਦੇ ਵਿੱਚ ਤੀਰ ਟਿਕਾ ਕੇ ਬੈਠੇ ਨੇ। ਸਤਿਗੁਰੂ ਮਹਾਰਾਜ ਜੀ ਦਾ ਫਰਜੰਦ ਜਕਾਰੇ ਗਜੋਂਦਾ ਪੰਜਾਂ ਸਿੰਘਾਂ ਨਾਲ ਬਾਹਰ ਗਿਆ ਹੈ। ਵੇਖੋ ਜਦੋਂ ਯੁੱਧ ਹੁੰਦਾ ਹੈ ਬਹੁਤਿਆਂ ਨੂੰ ਪਤਾ ਨਹੀਂ ਸੀ ਸ਼ਸਤਰ ਸ਼ਬਦ ਵਰਤਦੇ ਹਾਂ ਵੀ ਇਹ ਸਾਡਾ ਸ਼ਸਤਰ ਹੈ। 3 ਤਰ੍ਹਾਂ ਦੇ ਨਾਲ ਇਹਨੂੰ ਵਰਤਿਆ ਜਾਂਦਾ। ਪਹਿਲਾ ਸ਼ਬਦ ਹੈ ਅਸ਼ਤਰ। ਅਸ਼ਤਰ ਹੁੰਦਾ ਜਿਹੜਾ ਦੂਰੋਂ ਚਲਾ ਦੇਈਏ, ਜਿੱਦਾਂ ਤੀਰ ਦੂਰੋਂ ਚੱਲਦੇ ਨੇ ਇਹਨੂੰ ਬੋਲਦੇ ਨੇ ਅਸ਼ਤਰ। ਜਿੱਦਾਂ ਦੂਸਰਾ ਸ਼ਬਦ ਆਉਂਦਾ ਹੈ ਅਸ਼ਤਰ ਸ਼ਸਤਰ, ਜਿੱਦਾਂ ਨੇਜਾ ਕਹਿ ਲਈ, ਨੇਜਾ ਦੂਰੋਂ ਵੀ ਚਲਾਇਆ ਜਾਂਦਾ ਹੈ ਦੁਸ਼ਮਣ 'ਤੇ, ਅਤੇ ਜਦੋਂ ਲਾਗੇ ਦੁਸ਼ਮਣ ਆ ਜਾਏ ਫਿਰ ਉਹਦੇ ਨਾਲ ਹੱਥੀ ਲੜਾਈ ਵੀ ਕਰਦਾ ਹੱਥੀ। ਇਹ ਹੈ ਅਸ਼ਤਰ ਅਤੇ ਸ਼ਸਤਰ। ਅਤੇ ਤੀਸਰਾ ਹਥਿਆਰ ਹੈ ਜਿੱਦਾਂ ਕਿਰਚ ਹੋ ਗਈ, ਜਿੱਦਾਂ ਖੰਜਰ ਹੋ ਗਿਆ, ਜਿੱਦਾਂ ਸਾਹਿਬ ਸਰੋਹੀ ਹੋ ਗਈ, ਅਤੇ ਜਿਸ ਤਰ੍ਹਾਂ ਸ੍ਰੀ ਸਾਹਿਬ ਹੋ ਗਈ, ਛੋਟੀ ਕਿਰਪਾਨ ਹੋ ਗਈ, ਤੇਗ ਹੋ ਗਈ, ਸ਼ਮਸ਼ੀਰ ਹੋ ਗਈ, ਖੜਗ ਹੋ ਗਈ, ਇਹ ਸ਼ਸਤਰ ਹੈ। ਤੋ ਬਕਾਇਦਾ ਤਿਆਰੀ ਕਰਕੇ ਬਾਬਾ ਅਜੀਤ ਸਿੰਘ ਗਏ। ਮੋਢੇ ਤੇ ਕਲਗੀਧਰ ਪਾਤਸ਼ਾਹ ਦੇ ਦਿੱਤੇ ਹੋਏ ਤੀਰ ਹਨ, ਮੋਢੇ ਤੇ ਪਿਛਲੇ ਪਾਸੇ ਹੀ ਬਾਬਾ ਜੀ ਨੇ ਨੇਜਾ ਟੰਗਿਆ ਹੋਇਆ ਹੈ, 2.5-3 ਫੁੱਟ ਦੀ ਜੋ ਸ੍ਰੀ ਸਾਹਿਬ ਪਹਿਨੀ ਹੋਈ ਹੈ, ਕਮਰ ਦੇ ਵਿੱਚ ਖੰਜਰ ਹੈ। ਕਲਗੀਧਰ ਪਾਤਸ਼ਾਹ ਦਾ ਸਪੂਤ ਬਾਬਾ ਅਜੀਤ ਸਿੰਘ ਜਦੋਂ ਜਕਾਰਾ ਵਜਾਉਂਦਾ ਗੁਰੂ ਦੀ ਅਸੀਸ ਲੈ ਕੇ ਬਾਹਰ ਆਇਆ ਤੇ ਕਮਾਲ ਦਾ ਸ਼ੇਰ ਹੈ, ਉਹ ਕਹਿੰਦਾ ਸ਼ਹਿਜ਼ਾਦਾ ਈ ਜੀ ਜਾਣੇ ਬਾਗੜ ਸੀ ਮਚਾ ਦੀ। ਕਲਗੀਧਰ ਦੇ ਸਪੂਤ ਨੇ ਦੁਸ਼ਮਣ ਦੇ ਵਿੱਚ ਭਾਗੜ ਮਚਾ ਦੀ, ਭਗਦੜ ਮੱਚ ਗਈ, ਰੌਲਾ ਪੈ ਗਿਆ, ਦੇਖੋ ਕਲਗੀਧਰ ਦਾ, ਦੇਖੋ ਗੋਬਿੰਦ ਦਾ ਪੁੱਤਰ ਆ ਗਿਆ। ਸ਼ਹਿਜ਼ਾਦਾ ਈ ਜੀ ਜਾਣੇ ਬਾਗੜ ਸੀ ਮਚਾ ਦੀ, ਕਭੀ ਜੇ ਫੌਜ ਵਗਾ ਦੀ, ਕਭੀ ਉਹ ਫੌਜ ਵਗਾ ਦੀ। ਜਿਧਰ ਨੂੰ ਆਪਣੇ ਘੋੜੇ ਨੂੰ ਕਰਦਾ, ਘੋੜੇ ਦਾ ਮੂੰਹ ਕਰਦਾ ਬਾਬਾ ਅਜੀਤ ਸਿੰਘ, ਫੌਜ ਨੂੰ ਕਤਲ ਕਰਦਾ ਅੱਗੇ ਵੱਧਦਾ ਹੈ, ਤੇ ਫੌਜ ਦੇ ਸਿਪਾਹੀ ਡਰਦਾ ਪਿੱਛੇ ਨੂੰ ਭੱਜਦੇ। ਜੇ ਫੌਜ ਵਗਾ ਦੀ, ਕਭੀ ਉਹ ਫੌਜ ਵਗਾ ਦੀ, ਬੜ ਚੜ ਕੇ ਤਵੱਕੋ। ਤਵੱਕੋ ਕਹਿੰਦੇ ਨੇ ਧਿਆਨ, ਬੜ ਚੜ ਕੇ ਤਵੱਕੋ ਜੋ ਸਜਾਤ ਜੋ ਦਿਖਾ ਦੀ, ਸਤਿਗੁਰ ਨੇ ਵਹੀ ਕਿਲਾ ਸੇ ਬੱਚੇ ਕੋ ਨਿਦਾਮ ਦੀ। ਨਿਦਾਮ ਮਾਨੇ ਆਵਾਜ਼। ਕਲਗੀਧਰ ਆਪਣੇ ਪੁੱਤਰ ਨੂੰ ਲੜਦੇ ਵੇਖ ਰਹੇ ਨੇ, ਤੋ ਵਹੀ ਸੇ ਸਤਿਗੁਰ ਨੇ ਬੱਚੇ ਕੋ ਨਿਦਾਮ ਦੀ, ਨਿਦਾ ਮਾਨੇ ਆਵਾਜ਼ ਦਿੱਤੀ ਅਜੀਤ ਸਿੰਘ ਨੂੰ। ਕੀ ਦਿੱਤੀ? ਕਲਗੀਧਰ ਪਾਤਸ਼ਾਹ ਕਹਿੰਦਾ ਸ਼ਾਬਾਸ਼, ਪਿਸਰ ਸ਼ਾਬਾਸ਼, 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 ਪਿਸਰ ਸ਼ਾਬਾਸ਼, ਖੂਬ ਦਲੇਰੀ ਸੇ ਲੜੇ ਹੋ, ਬੜੀ ਦਲੇਰੀ ਨਾਲ ਲੜਿਆ ਪੁੱਤਰ। ਸ਼ਾਬਾਸ਼, ਪਿਸਰ ਸ਼ਾਬਾਸ਼, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ। ਕਿਉਂ ਨਾ ਲੜਦਾ, ਗੋਬਿੰਦ ਸਿੰਘ ਦਾ ਵੱਡਾ ਪੁੱਤਰ ਹੈ ਤੂੰ, ਗੁਰੂ ਤੇਗ ਬਹਾਦਰ ਜਿਹਦਾ ਨਾਮ ਹੀ ਤੇਗ ਹੈ, ਤੇ ਤੇਗ ਦੀ ਧਾਰ ਦੇ ਵਿੱਚੋਂ ਨਿਕਲਿਆ ਹੋਇਆ ਤੂੰ ਉਹਦਾ ਪੋਤਰਾ ਹੈ, ਕਿਉਂ ਨਾ ਲੜਦਾ ਤੂੰ। ਸ਼ਾਬਾਸ਼, ਕਿਸਰ ਸ਼ਾਬਾਸ਼, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ।
ਕਹਿੰਦੇ ਇੱਕ ਵੱਡਾ ਮੰਨਿਆ ਪਰਮੰਨਿਆ 6.5 ਫੁੱਟ 7 ਫੁੱਟ ਦੀ ਜਿਹਦੀ ਹਾਈਟ ਹੈ, ਕੰਧ ਹੈ, ਚੌੜੀ ਛਾਤੀ ਹੈ, ਲੰਮਾ ਜਿਹਾ ਮੱਥਾ ਹੈ, ਬੜਾ ਖੁੰਖਾਰ ਜਿਹਾ ਲੱਗਦਾ ਹੈ ਵੱਡਾ ਯੋਧਾ ਜਿਹਦਾ ਨਾਮ ਅਨਵਰ ਖਾਨ ਦੱਸਿਆ। ਅਨਵਰ ਖਾਨ ਜਿਹੜਾ ਚੜ੍ਹਦਾ ਹੋਇਆ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਇਆ ਤੇ ਬੜੀ ਬਹਾਦਰੀ ਨਾਲ ਲੜੇ। ਬਾਬਾ ਅਜੀਤ ਸਿੰਘ ਜਿਨ੍ਹਾਂ ਦੀ ਉਮਰ 17 ਵਰ੍ਹੇ ਹੈ ਤੇ ਅਨਵਰ ਖਾਨ ਜਿਹੜਾ ਕਰੀਬਨ 30 ਸਾਲਾਂ ਦਾ ਹੈ, ਜਿਹਦੇ ਕੋਲ ਬੜਾ ਤਜਰਬਾ ਹੈ। ਬਿਸ਼ੱਕ ਬਾਬਾ ਅਜੀਤ ਸਿੰਘ ਨੇ 3 ਜੰਗਾਂ ਲੜੀਆਂ, ਕਲਗੀਧਰ ਪਾਤਸ਼ਾਹ ਦੇ ਨਾਲ ਰਹਿ ਕੇ ਯੁੱਧ ਨੀਤੀ ਸਿੱਖੀ, ਪਰ ਜਦੋਂ ਆਪਸੀ ਸਾਹਮਣੋਂ ਦੀ ਲੜਾਈ ਹੋਈ ਤੇ ਅਨਵਰ ਖਾਨ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਦੀ ਚੋਟੀ ਤੱਕ ਬਿਲਕੁਲ ਲੋਹੇ ਨਾਲ ਢੱਕਿਆ ਹੋਇਆ ਸੀ, ਤੇ ਵੇਖੋ ਕਮਾਲ ਦੀ 17 ਵਰ੍ਹਿਆਂ ਦੀ ਉਮਰ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਨੇ ਮਹਾਰਾਜ ਜੀ ਦੀ ਅਸੀਸ ਲੈ ਕੇ ਜਦੋਂ ਸ਼ਾਬਾਸ਼ ਕਿਹਾ, ਸ਼ਾਬਾਸ਼ ਕਿਸਨ, ਸ਼ਾਬਾਸ਼, ਇੰਨੀ ਜ਼ੋਰ ਦੇ ਨਾਲ ਆਪਣੇ ਬਰਸ਼ੇ ਨੂੰ ਲੈ ਕੇ ਘੋੜੇ ਦੀ ਕਾਠੀ ਤੋਂ ਉੱਪਰ ਹੋ ਕੇ ਰਕਾਬ ਤੇ ਪੈਰ ਤਾਂ ਕਰਕੇ ਇੰਨੀ ਜ਼ੋਰ ਦੇ ਨਾਲ ਅਨਵਰ ਖਾਨ ਦੀ ਛਾਤੀ ਦੇ ਵਿੱਚ ਬਰਸ਼ਾ ਮਾਰਿਆ ਕਿ ਉਹਨੂੰ ਘੋੜੇ ਤੋਂ ਸਮੇਤ ਆਪਣੇ ਘੋੜੇ ਤੋਂ ਅਨਵਰ ਖਾਨ ਨੂੰ ਧਰਤੀ ਤੇ ਸਿੱਟ ਦਿੱਤਾ। ਬੜਾ ਵੱਡਾ ਮੰਨਿਆ ਪਰਮੰਨਿਆ ਯੋਧਾ ਸੀ, ਸੈਨਾ ਉਹਦੇ ਨਾਲ ਡਰਦੀ ਪਿੱਛੇ ਨੂੰ ਭੱਜ ਗਈ। ਜਦੋਂ ਨੇਜਾ ਮਾਰਿਆ ਤੇ ਬਾਬਾ ਅਜੀਤ ਸਿੰਘ ਨੇ ਜਦੋਂ ਜ਼ੋਰ ਨਾਲ ਨੇਜਾ ਬਾਹਰ ਨੂੰ ਖਿੱਚਿਆ ਤੇ ਉਹਦੇ ਜਿਹੜਾ ਅੱਗੇ ਲੱਗਾ ਹੋਇਆ ਫਲ ਹੈ ਜਿਹੜਾ ਤਿੱਖਾ ਹੁੰਦਾ ਜਿਹਦੇ ਨਾਲ ਸੀਨਾ ਚੀਰ ਕੀਤਾ ਗਿਆ, ਉਹ ਖਿੱਚਣ ਲੱਗੇ ਤੇ ਫਲ ਵਿੱਚੇ ਹੀ ਰਹਿ ਗਏ, ਹੱਥ 'ਚ ਸਿਰਫ ਡਾਂਗ ਰਹਿ ਗਈ। ਬਾਬਾ ਅਜੀਤ ਸਿੰਘ ਨੇ ਡਾਂਗ ਸੁੱਟ ਦਿੱਤੀ, ਖੜਗ ਬਾਹਰ ਕੱਢੀ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਕਿਹਾ ਨਾ ਨਿਦਾਂ ਆਵਾਜ਼ ਦਿੱਤੀ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਕਿਹਾ ਨਾ ਸ਼ਾਬਾਸ਼ ਤੇ ਦਿਲਾ ਬੰਦ ਨੇ ਤਲਵਾਰ ਸੇ ਤਸਲੀਮ ਬਜਾਈ। ਕਲਗੀਧਰ ਪਾਤਸ਼ਾਹ ਦਾ ਪੁੱਤਰ ਏਡਾ ਫੁਰਤੀਲਾ ਸੀ ਕਿ ਇੱਕੋ ਦਮ ਸੱਜੀ ਲੱਤ ਘੋੜੇ ਤੋਂ ਲੈ ਕੇ ਖੱਬੀ ਰਕਾਬ ਤੇ ਰਹਿਣ ਕੇ ਥੱਲੇ ਨੂੰ ਹੋ ਕੇ ਝੁੱਕ ਕੇ ਕਲਗੀਧਰ ਪਾਤਸ਼ਾਹ ਨੂੰ ਤਸਲੀਮ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਵੱਲ ਤਲਵਾਰ ਤੇ ਆਪਣਾ ਮੁੱਖ ਕਰਕੇ ਝੁਕਾ ਕੇ ਮਹਾਰਾਜ ਜੀ ਨੂੰ ਕਿਹਾ, ਕਲਗੀਧਰ ਬੇਟਾ ਤੇਰੀ ਕਿਰਪਾ ਨਾਲ ਲੜ ਰਿਹਾ। ਦਿਲਾਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪੈ ਆਦਾਬ ਦਿਲਾਵਰ ਨੇ ਝੁਕਾਈ, ਇਸੀ ਵਕਫਾ ਮੇਂ ਫੌਜ ਸਿਤਮ ਆਰਾ ਉਮੜ ਆਏ। ਜਿੰਨੇ ਸਮੇਂ ਦੇ ਵਿੱਚ ਕਲਗੀਧਰ ਦੇ ਪੁੱਤਰ ਨੇ ਸਿਰ ਝੁਕਾ ਕੇ ਤਲਵਾਰ ਨੂੰ ਝੁਕਾ ਕੇ ਕਲਗੀਧਰ ਪਾਤਸ਼ਾਹ ਵੱਲ ਕਿਲੇ ਵੱਲ ਮੁੱਖ ਕਰਕੇ ਕਿਹਾ, ਮਹਾਰਾਜ ਗੁਰੂ ਪਿਤਾ ਤੇਰੀ ਕਿਰਪਾ ਨਾਲ ਲੜ ਰਿਹਾ ਹਾਂ। ਇੰਨੇ ਸਮੇਂ ਦੇ ਵਿੱਚ ਫੌਜ ਸਿਤਮ ਆਰਾ ਉਮੜ ਆਈ, ਬਖਸ਼ੀ ਕਿਸੀ ਬਦਬਖਤ ਨੇ ਪਿੱਛੇ ਸੇ। ਬਾਬਾ ਅਜੀਤ ਸਿੰਘ ਦੀ ਪਿੱਠ ਦੇ ਵਿੱਚ ਕਿਸੇ ਬਦਬਖਤ ਬੰਦੇ ਨੇ, ਜਿਹਨੂੰ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸੈਯਦ ਜਲਾਲੂਦੀਨ ਹੋਇਆ ਹੈ, ਉਹ ਜਲਾਲੂਦੀਨ ਸੈਯਦ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਕਲਮ ਕੀਤਾ ਸੀ ਚਾਂਦਨੀ ਚੌਂਕ ਦੇ ਵਿੱਚ, ਇਹ ਜਿਹਨੇ ਬਾਬਾ ਅਜੀਤ ਸਿੰਘ ਦੀ ਪਿੱਠ ਦੇ ਵਿੱਚ ਵਾਰ ਕੀਤਾ ਬਖਸ਼ੀ ਦੇ ਨਾਲ, ਉਹ ਜਲਾਲੂਦੀਨ ਦਾ ਪੋਤਰਾ ਸੀ। ਇੱਧਰ ਬਾਬਾ ਅਜੀਤ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਦਾ ਪੋਤਰਾ ਹੈ ਤੇ ਜਿਹਨੇ ਬਾਬੇ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ, ਪਿੱਠ ਦੇ ਵਿੱਚ ਬਰਸ਼ੀ ਦਾ ਵਾਰ ਕੀਤਾ, ਉਹ ਸੈਯਦ ਜਲਾਲੂਦੀਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਦਾ ਪੋਤਰਾ ਹੈ। ਸਤਿਗੁਰ ਮਹਾਰਾਜ ਜੀ ਇਹ ਸਾਰਾ ਦ੍ਰਿਸ਼ ਵੇਖ ਰਹੇ ਨੇ। ਤਿਉਰਾ ਕੇ ਗਿਰੇ ਸਰਕਾਰ ਹਾਏ ਜ਼ਮੀਨ ਪਰ, ਇੱਕ ਘੁੰਮਣ ਘੇਰੀ ਜੀ ਖਾ ਕੇ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗ ਪਏ। ਤਿਉਰਾ ਕੇ ਗਿਰੇ ਹਾਏ ਸਰਕਾਰ ਜ਼ਮੀਨ ਪਰ, ਰੂਹ ਖੁਲਦ ਗਈ ਔਰ ਤਨ ਜ਼ਾਰ ਜ਼ਮੀਨ ਪਰ, ਉਸੇ ਵੇਲੇ ਹੀ ਰੂਹ ਖੁਲਦ ਹੋ ਗਈ, ਰੂਹ ਗੁਰੂ ਵਿੱਚ ਅਭੇਦ ਹੋ ਗਈ ਤੇ ਸਰੀਰ ਧਰਤੀ ਤੇ ਪਿਆ ਹੈ। ਕਲਗੀਧਰ ਪਾਤਸ਼ਾਹ ਨੇ ਤੱਕਿਆ, ਅਗਲਾ ਜਥਾ ਤਿਆਰ ਹੋਇਆ। ਕਲਗੀਧਰ ਮਹਾਰਾਜ ਜੀ ਦਾ ਦੂਜਾ ਸਪੁੱਤਰ ਬਾਬਾ ਜੁਝਾਰ ਸਿੰਘ ਮਹਾਰਾਜ ਜੀ ਦੇ ਸਾਹਮਣੇ ਆ ਕੇ, ਹਾਲੇ 14.5 ਵਰ੍ਹਿਆਂ ਦੀ ਉਮਰ ਹੈ, ਤੇ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਵੀ ਲੜਾਂਗਾ, ਮੈਂ ਵੀ ਜੰਗ ਲਈ ਜਾਵਾਂਗਾ। ਇਸ ਗੱਲ ਤੇ ਗੁੱਸਾ ਕੀਤਾ ਭਾਈ ਦਇਆ ਸਿੰਘ, ਪਿਆਰੇ ਦਇਆ ਸਿੰਘ ਜੀ ਨੇ ਤੇ ਪਿਆਰੇ ਧਰਮ ਸਿੰਘ ਜੀ ਨੇ, ਮਹਾਰਾਜ ਤੁਸੀਂ ਕਿਰਪਾ ਕਰੋ, ਇਹਨਾਂ ਦੇ ਨਾਲ ਕਿਲ੍ਹਾ ਛੱਡ ਜਾਵੋ, ਅਸੀਂ ਸਾਰੇ ਹੀ ਇੱਥੇ ਲੜਾਂਗੇ। ਕਲਗੀਧਰ ਪਾਤਸ਼ਾਹ ਦੇ ਸਾਹਮਣੇ ਬਾਬਾ ਜੁਝਾਰ ਸਿੰਘ ਕਹਿੰਦਾ, ਭਰਾ ਦੇ ਸਾਹਮਣੇ ਜਿੰਦਾ ਮੇਰੇ ਕੋਲ ਰਿਹਾ ਨਹੀਂ ਜਾਂਦਾ, ਜਿੱਥੇ ਮੇਰਾ ਭਰਾ ਗਿਆ ਹੈ ਮੈਂ ਨਹੀਂ ਚੱਲਾਂ।
ਤੇ ਲਾਜ਼ਾਰ ਖਾਂ ਜੋਗੀ ਕਹਿੰਦਾ ਹੈ, ਕਹਿੰਦਾ ਰੋਕੇ ਸੇ ਕਦੀ ਸ਼ੇਰ ਕਾ ਬੱਚਾ ਵੀ ਰੁਕਾ ਹੈ, ਕਦੇ ਰੋਕਿਆ ਸ਼ੇਰ ਦਾ ਬੱਚਾ ਵੀ ਰੁਕਦਾ ਹੈ। ਰੋਕੇ ਸੇ ਕਦੀ ਸ਼ੇਰ ਕਾ ਬੱਚਾ ਵੀ ਰੁਕਾ ਹੈ, ਝੂਠਾ ਤੋਂ ਰੁਕੇ ਕਦੀ ਕੋਈ ਸੱਚਾ ਵੀ ਰੁਕਾ ਹੈ, ਪਤਝੜ ਮੇਂ ਸਮਰ ਸ਼ਾਖ ਪੇ ਕਦੀ ਕੱਚਾ ਵੀ ਰੁਕਾ ਹੈ, ਰੱਬ ਕੋ ਸਰ ਦੇਨੇ ਸੇ ਕਦੀ ਕੋਈ ਖੱਛਾ ਵੀ ਰੁਕਾ ਹੈ। ਨਹੀਂ ਰੁਕਿਆ ਬਾਬਾ ਜੁਝਾਰ ਸਿੰਘ, ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ ਕੇ, ਮਹਾਰਾਜ ਮੈਂ ਲੜਾਂਗਾ। ਕਲਗੀਧਰ ਪਾਤਸ਼ਾਹ ਕਹਿੰਦੇ ਤੁਹਾਨੂੰ ਤੇ ਲੜਨਾ ਨਹੀਂ ਆਉਂਦਾ, ਅਜੀਤ ਸਿੰਘ ਨੇ ਤੇ 3 ਜੰਗਾਂ ਲੜੀਆਂ, ਤੁਸੀਂ ਤੇ ਹਲੇ ਜੰਗੇ ਮੈਦਾਨ ਵਿੱਚ ਗਏ ਕੋਈ ਨਹੀਂ ਹੋ, ਸ਼ਸਤਰ ਵਿਦਿਆ ਤੁਹਾਡੀ ਅੱਧੀ ਰਹਿੰਦੀ ਹੈ। ਤੇ ਬਾਬਾ ਅਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਨੇ ਕਿਹਾ, ਮਹਾਰਾਜ ਲੜਨਾ ਨਹੀਂ ਆਉਂਦਾ, ਮੈਨੂੰ ਪਤਾ ਹੈ ਮੈਨੂੰ ਲੜਨਾ ਨਹੀਂ ਆਉਂਦਾ, ਲੜਨਾ ਨਹੀਂ ਆਤਾ ਮਗਰ ਮਰਨਾ ਤੋ ਹੈ ਆਤਾ, ਆਗੇ ਬੜ੍ਹ ਕੇ ਗਲਾ ਤੇਗ ਪਰ ਧਰਨਾ ਤੋ ਹੈ ਆਤਾ, ਮੈਨੂੰ ਮਰਨਾ ਤੇ ਆਉਂਦਾ ਹੈ ਨਾ, ਮੈਂ ਮਰਨਾ ਚਾਹੁੰਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਕੰਠ ਰੁਕ ਗਿਆ, ਬਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਮਹਾਰਾਜ ਜੀ ਦਾ ਕੰਠ ਭਰ ਗਿਆ, ਭਰੀ ਹੋਈ ਆਵਾਜ਼ ਨਾਲ ਕਲਗੀਧਰ ਪਾਤਸ਼ਾਹ ਬੋਲੇ, ਬਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਪੁੱਤਰਾ ਤੈਨੂੰ ਬੜੇ ਪਿਆਰ ਨਾਲ ਲਾੜ ਨਾਲ ਪਾਲਿਆ, ਰੋਕਾ ਨਹੀਂ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ। ਉਹ ਛੋਟੇ ਜਿਹੇ ਪ੍ਰਚੰਡ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੈਨੂੰ ਲੜਨ ਤੋਂ ਨਹੀਂ ਰੋਕਿਆ। ਸਤਿਗੁਰੂ ਮਹਾਰਾਜ ਜੀ ਨੂੰ ਲਾਗੇ ਸੱਦਦੇ ਨੇ, ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ, ਮਹਾਰਾਜ ਜੀ ਦੇ ਪੁੱਤਰਾ ਮੇਰੇ ਕੋਲ ਆ ਤੈਨੂੰ ਮੈਂ ਹਥਿਆਰ ਸਜਾ ਦਾ, ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ, ਛੋਟੀ ਜੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ, ਛੋਟੀ ਜੀ ਕਮਾਨ ਛੋਟੇ ਛੋਟੇ ਸ਼ਸਤਰ ਤੈਨੂੰ ਦੇ ਦੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਏ, ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਮਹਾਰਾਜ ਨੇ ਛੋਟਾ ਜਿਹਾ ਆਪਣੇ ਕਮਰ ਕੱਸੇ ਵਿੱਚੋਂ ਖੰਜਰ ਕੱਢਿਆ ਤੇ ਆਪਣੇ ਪੁੱਤਰ ਨੂੰ ਫੜਾਉਂਦਿਆਂ ਹੋਇਆ ਕਿਹਾ, ਇਹਨੂੰ ਸ਼ਮਸ਼ੀਰ ਸਮਝਿਓ, ਇਹਨੂੰ ਕਿਰਪਾਨ ਸਮਝਿਓ, ਇਹਨੂੰ ਵੱਡੀ ਸ੍ਰੀ ਸਾਹਿਬ ਸਮਝਿਓ, ਦੇਤੇ ਇਹ ਹਮ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜੇ ਕੀ ਜਗ੍ਹਾ ਦਾਦਾ ਕਾ ਤੂੰ ਤੀਰ ਸਮਝਣਾ, ਜ਼ਖਮ ਆਏ ਤੋ ਹੋਣਾ ਨਹੀਂ ਦਿਲਗੀਰ ਸਮਝਣਾ। ਪੁੱਤਰਾ ਜੇ ਕਿਧਰੇ ਮੈਦਾਨੀ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਕੋਈ ਜ਼ਖਮ ਆ ਜਾਏ, ਕੋਈ ਸਰੀਰ ਤੇ ਫੱਟ ਲੱਗ ਜਾਏ ਤੇ ਮੂੰਹ ਸੇ ਮੇਰੀ ਜਾਨ ਕਦੀ ਨਹੀਂ ਕਰਨਾ, ਮੂੰਹ ਦੇ ਵਿੱਚੋਂ ਉਫ ਨਹੀਂ ਨਿਕਲਣੀ ਚਾਹੀਦੀ, ਮੁੱਖ ਵਿੱਚੋਂ ਹਾਏ ਦੇ ਸ਼ਬਦ ਨਹੀਂ ਨਿਕਲਣੇ ਚਾਹੀਦੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਦੋਂ ਤੋਰਨ ਲੱਗੇ ਤੇ ਅੱਲਾ ਜ਼ਾਰ ਖਾਂ ਜੋਗੀ ਦਾ ਇਹ ਸ਼ੇਰ ਕਮਾਨ ਦਾ ਹੈ, ਉਹ ਕਹਿੰਦਾ ਲੋ ਜਾਓ ਸਿਧਾਰੋ ਤੁਮੇ ਅੱਲਾ ਤੋ ਸੰਭਵ, ਜਾ ਪੁੱਤਰਾ ਮੈਂ ਤੇਰਾ ਹੱਥ ਹੁਣ ਪਰਮਾਤਮਾ ਨੂੰ ਫੜਾ ਦਿੱਤਾ, ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ। ਪਰ ਪੁੱਤਰਾ ਯਾਦ ਰੱਖੀ ਜਦੋਂ ਆਖਰੀ ਵਾਰ ਸਰੀਰ ਦੇ ਲੱਗੇ ਜਦੋਂ ਫੱਟ ਆਵੇ ਤੇ ਯਾਦ ਰੱਖੀ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ, ਮਰਨ ਵੇਲੇ ਰੱਬ ਨੂੰ ਨਾ ਭੁੱਲੀ ਕਿਉਂਕਿ ਮੈਂ ਤੇਰੀ ਮਾਂ ਪਰਮਾਤਮਾ ਨੂੰ ਆਪ ਪੜਾ ਦਿੱਤੀ। ਮੈਂ ਇੱਥੇ ਇੱਕ ਗੱਲ ਕਹਿਣੀ ਜ਼ਰੂਰੀ ਸਮਝਦਾ ਹਾਂ, ਬਾਬਾ ਅਜੀਤ ਸਿੰਘ ਦੇ ਬਾਬਤ ਇੱਕ ਨਵੀਂ ਖੋਜ ਜਦੋਂ ਆਈ ਸਾਹਮਣੇ, ਉਹਦੇ ਵਿੱਚ ਜ਼ਿਕਰ ਹੈ ਕਿ 17 ਵਰ੍ਹਿਆਂ ਦੇ ਨੂੰ ਮਾਰਨ ਦੇ ਲਈ ਵੱਡੇ ਵੱਡੇ ਜਰਨੈਲ, ਉਹਨਾਂ ਦੇ ਅੱਗੇ ਸਿਪਾਹੀ, ਸਾਰਿਆਂ ਨੇ ਆਪਣਾ ਜ਼ੋਰ ਲਾਇਆ ਵੀ ਸਾਡਾ ਵੀ ਵਾਰ ਅਜੀਤ ਸਿੰਘ 'ਤੇ ਚੱਲਣਾ ਚਾਹੀਦਾ ਹੈ। ਮੇਰੇ ਦੇਸ਼ ਦਾ ਇਤਿਹਾਸ ਜੋ ਹਿੰਦੁਸਤਾਨ ਦਾ ਇਤਿਹਾਸ ਹੈ, ਰਾਜਸਥਾਨ ਦੇ ਵਿੱਚ ਚਿਤੌੜਗੜ੍ਹ ਹੈ, ਕੁਝ 16ਵੀਂ ਸਦੀ ਦੇ ਵਿੱਚ ਇੱਕ ਰਾਜਾ ਹੋਇਆ ਹੈ, ਰਾਜਾ ਸਾਂਗਾ, ਪਦਮਾਵਤੀ ਦੇ ਘਰ ਵਾਲੇ ਤੋਂ ਬਾਅਦ ਇਹਦਾ ਜ਼ਿਕਰ ਆਉਂਦਾ ਹੈ, ਜੋ ਪਦਮਾਵਤੀ 16,000 ਦੇ ਨਾਲ ਉਹ ਅੱਗ ਦੇ ਵਿੱਚ ਸੜ ਗਈ ਸੀ, ਅਤੇ ਇਹ ਰਾਜਾ ਸਾਂਗਾ ਸੀ ਜਿਹਦੀਆਂ 13,000 ਪਤਨੀਆਂ ਜਾਂ ਇਸਤਰੀਆਂ ਅੱਗ 'ਚ ਸੜ ਗਈਆਂ ਹਨ।
ਰਾਜਾ ਸੰਗਾ ਦੀ ਜਦੋਂ ਮੌਤ ਹੋਈ ਨਾ ਤੇ ਇਹਦੀ ਇਤਿਹਾਸਕਾਰਾਂ ਨੇ ਲਿਖਿਆ ਤੇ ਹਿੰਦੁਸਤਾਨ ਦੇ ਵਿੱਚ ਬੜੇ ਫਖਰ ਨਾਲ ਕਿਹਾ ਜਾਂਦਾ ਹੈ, ਕਹਿੰਦੇ ਰਾਜਾ ਸੰਗਾ ਦੇ ਸਰੀਰ ਦੇ ਉੱਪਰ 80 ਫੱਟ ਲੱਗੇ ਸਨ, 80 ਜ਼ਖਮ ਹੋਏ ਸਨ। ਪਰ ਜਦੋਂ ਸਾਡੀਆਂ ਦੁਆਰਖਾਂ ਨੂੰ ਖੋਲ੍ਹਿਆ ਜਾਏ, ਸਾਡੇ ਇਤਿਹਾਸ ਨੂੰ ਖੋਲ੍ਹਿਆ ਜਾਏ ਤੇ ਪਤਾ ਲੱਗਦਾ, ਨਵੀਂ ਖੋਜ ਤੋਂ ਪਤਾ ਲੱਗਾ ਕਿ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਪਰ 300 ਤੋਂ ਵੱਧ ਫੱਟ ਲੱਗੇ ਸੀ, 300 ਤੋਂ ਤਾਂ ਜ਼ਖਮ ਲਾਏ ਗਏ ਸੀ। ਉਦੋਂ ਕੋਈ ਵੀ ਸਿਪਾਹੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ, ਜਿਹਨੇ ਕਦੀ ਤਲਵਾਰ ਕੋਈ ਉੱਥੇ ਹਥਿਆਰ ਜ਼ਿੰਦਗੀ 'ਚ ਚਲਾਇਆ ਨਹੀਂ, ਉਹ ਵੀ ਵੱਧ ਚੜ੍ਹ ਕੇ ਉੱਥੇ ਵਾਰ ਕਰ ਰਿਹਾ ਸੀ ਕਿ ਵੱਡੇ ਵੱਡੇ ਇਨਾਮ ਸਾਨੂੰ ਮਿਲਣਗੇ। 300 ਤੋਂ ਵੱਧ ਫੱਟ ਬਾਬਾ ਅਜੀਤ ਸਿੰਘ ਨੂੰ ਲੱਗੇ। ਖੈਰ, ਬਾਬਾ ਜੁਝਾਰ ਸਿੰਘ ਜੀ ਕਲਗੀਧਰ ਪਾਤਸ਼ਾਹ ਕੋਲ ਆਗਿਆ ਲੈ ਕੇ ਬਾਹਰ ਗਏ। ਮਹਾਰਾਜ ਫਿਰ ਗੁਪਤੀ 'ਤੇ ਤਿਆਰ ਹੋਏ, ਤੀਰਾਂ ਦੀ ਵਰਖਾ ਕਰਨ ਲੱਗੇ ਤੇ ਬਾਬਾ ਜੁਝਾਰ ਸਿੰਘ ਨੇ ਕਈਆਂ ਦੇ ਆਗੂ ਲਾਏ, ਕਈਆਂ ਨੂੰ ਕਤਲ ਕੀਤਾ, ਕਈਆਂ ਨੂੰ ਧਰਤੀ 'ਤੇ ਸੁੱਟਿਆ ਤੇ ਕਲਗੀਧਰ ਪਾਤਸ਼ਾਹ ਨੇ ਜਾਣ ਵੇਲੇ ਬਾਬਾ ਜੁਝਾਰ ਸਿੰਘ ਨੂੰ ਇਹ ਬਚਨ ਕਹੇ, ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ। ਪੁੱਤਰਾ, ਤੂੰ ਇਸ ਵੇਲੇ ਇਸ ਧਰਮ ਯੁੱਧ ਦਾ ਆਖਰੀ ਮਲਾਹ ਰਹਿ ਗਿਆ ਹੈ ਜੁਝਾਰ ਸਿੰਘ ਦਾ। ਬੇਟਾ ਤੁਮ ਕੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੇ ਤਾਂ ਕੇ ਚੱਲੇ ਧਰਮ ਕੀ ਨਈਆ। ਜਾ ਪੁੱਤਰਾ, ਆਪਣਾ ਸੀਸ ਕੁਰਬਾਨ ਕਰ ਦੇ ਤਾਂ ਜੋ ਇਸ ਧਰਮ ਦੀ ਨਈਆ ਜਿਹੜੀ ਬੇੜੀ ਲਗਾਤਾਰ ਚੱਲਦੀ। ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕੇ ਚੱਲੇ ਧਰਮ ਕੀ ਨਈਆ, ਲੇ ਦੇ ਕੇ ਤੇ ਤੁਮ ਹੀ ਮੇਰੇ ਗੁਲਸ਼ਨ ਕੇ ਬਕਈਆ। ਗੁਰੂ ਨਾਨਕ ਦੀ ਲੱਗੀ ਕੋਈ ਫਲਵਾੜੀ, ਗੁਰੂ ਨਾਨਕ ਦੇ ਬਾਗ ਦਾ ਮਾਨੋ ਆਖਰੀ ਚਿਰਾਗ ਜੁਝਾਰ ਸਿੰਘ ਤੂੰ ਹੀ ਰਹਿ ਗਿਆ ਹੈ, ਜਾ ਤੂੰ ਵੀ ਕੁਰਬਾਨ ਹੋ। ਲੋ ਜਾਓ ਰਾਹ ਤੱਕਦੇ ਹੈ ਸਭ ਫੁਲਦ ਮੇ ਭਰੀਆ, ਤੇ ਕਲਗੀਧਰ ਪਾਤਸ਼ਾਹ ਖਵਾਹਿਸ਼ ਕਿਹੜੀ ਕਰਨ ਲੱਗਾ ਹੈ। ਮੈਂ ਇੱਥੇ ਰੁਕ ਜਾਵਾਂ, ਇਹਨੂੰ ਕੰਪੈਰੀਜ਼ਮ ਨਾ ਸਮਝਿਓ, ਇੱਕ ਨੈਪੋਲੀਅਨ ਹੋਇਆ ਹੈ ਦੁਨੀਆ ਦਾ ਮਹਾਨ ਲੜਾਕਾ, ਬੜਾ ਵੱਡਾ ਯੁੱਧ ਨੀਤੀ ਰੱਖਣ ਵਾਲਾ ਜਾਣਕਾਰ, ਬੜਾ ਵੱਡਾ ਇਹ ਲੜਾਕਾ ਦੁਨੀਆ ਦੇ ਵਿੱਚ ਇਤਿਹਾਸ ਨੂੰ ਜਦੋਂ ਬਚ ਕੇ ਤੇ ਇਹਦਾ ਨਾਮ ਆਉਂਦਾ ਹੈ ਤੇ ਇਹ 18ਵੀਂ ਸਦੀ ਦੇ ਵਿੱਚ ਜੰਮਿਆ ਤੇ 19ਵੀਂ ਸਦੀ ਦੇ ਵਿੱਚ ਇਹਦੀ ਮੌਤ ਹੋਈ। ਛੋਟੀ ਦੀ ਉਮਰ ਦੇ ਵਿੱਚ ਹੀ ਇਹ ਫਰਾਂਸ ਦੇ ਵਿੱਚ ਮੁੱਖ ਜਰਨੈਲ ਬਣ ਗਿਆ ਤੇ ਇੰਗਲੈਂਡ ਦੇ ਨਾਲ ਜਦੋਂ ਇਹਦੀ ਲੜਾਈ ਹੋਈ ਤੇ ਉਸ ਲੜਾਈ ਦੇ ਵਿੱਚ ਇਹਦੇ 72,000 ਸੈਨਿਕ ਇੱਕ ਦਿਨ ਵਿੱਚ ਮਾਰੇ ਗਏ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜੋ ਲੜਾਈ ਹੋਈ ਇੰਗਲੈਂਡ ਨਾਲ, 72,000 ਸੈਨਿਕ ਮਰੇ ਇਹਦੇ। ਤੇ ਜਦੋਂ ਉਹ ਲੜਾਈ ਦੇ ਵਿੱਚ ਪਹਿਲੇ ਸੈਨਿਕ ਦੀ ਮੌਤ ਹੋਈ ਨੈਪੋਲੀਅਨ ਦੇ, ਤੇ ਇਤਿਹਾਸ ਦੱਸਦਾ ਹੈ ਵੀ ਧਾਹਾਂ ਮਾਰ ਕੇ ਰੋ ਪਿਆ ਸੀ ਨੈਪੋਲੀਅਨ ਕਿ ਮੇਰਾ ਇੱਕ ਸਿਪਾਹੀ ਮਰ ਗਿਆ, ਇੱਕ ਮੇਰਾ ਲੜਾਕਾ ਮਰ ਗਿਆ। ਜਦੋਂ ਇਤਿਹਾਸ ਨੂੰ ਪੁਰਾਤਨ ਸੋਮਿਆਂ ਦੇ ਵਿੱਚੋਂ ਲੱਭਣ ਦੀ ਯਤਨ ਕਰੀਏ ਤੇ 14 ਵਰਿਆਂ ਦਾ ਬਨਵਾਸ ਦਸ਼ਰਥ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀ ਦਿੱਤਾ ਹੈ, ਪਰ ਪੁੱਤਰਾਂ ਦਾ ਵਿਯੋਗ ਨਾ ਸਹਿ ਸਕਿਆ ਤੇ ਮਹਿਲਾਂ ਤੋਂ ਛਾਲ ਮਾਰ ਕੇ ਆਪ ਘਾਤ ਕਰ ਲਿਆ। ਜੇ ਥੋੜਾ ਜਿਹਾ ਹੋਰ ਅਗਾਂਹ ਆ ਕੇ ਇਬਰਾਹਿਮ ਦਾ ਜ਼ਿਕਰ ਆਉਂਦਾ ਹੈ ਪੁਰਾਣੇ ਪਾਕ ਦੇ ਵਿੱਚ ਵੀ, ਤੇ ਜਦੋਂ ਬਾਈਬਲ ਨੂੰ ਪੜ੍ਹੀਏ ਤੇ ਓਲਡ ਟੈਸਟੀਮੈਂਟ ਹੈ ਜਿਹੜੀ ਉਹਦੇ ਵਿੱਚ ਵੀ ਜ਼ਿਕਰ ਹੈ, ਪਹਿਲਾ ਨਾਮ ਅਬਰਾਹਿਮ ਬਾਅਦ ਚ ਹੀ ਬਣਿਆ। ਇਬਰਾਹਿਮ ਨੂੰ ਖੁਦਾ ਸਾਹਮਣੇ ਆਇਆ ਤੇ ਕੁਰਬਾਨੀ ਦੇਣ ਦੀ ਗੱਲ ਕਹੀ ਤੇ ਇਬਰਾਹਿਮ ਦੇ ਕੋਲੋਂ ਆਪਣਾ ਪੁੱਤਰ ਜਿਹੜਾ ਖੁਦਾ ਦੇ ਲਈ ਕੁਰਬਾਨ ਨਾ ਹੋਇਆ, ਤੇ ਇਹਦੇ ਮੁਰੀਦਾਂ ਨੇ ਇਬਰਾਹਿਮ ਦੇ ਅੱਖਾਂ ਦੇ ਉੱਪਰ ਪੱਟੀ ਬੰਨ ਦਿੱਤੀ ਵੀ ਸ਼ਾਇਦ ਹੋਣੀ ਕਤਲ ਕਰ ਲਏ, ਹੋਣੀ ਉਹਨੂੰ ਕੁਰਬਾਨ ਕਰ ਦੇਵੇ, ਹੋਣੀ ਬਲੀ ਦੇ ਦੇਵੇ। ਤੇ ਜਦੋਂ ਇਬਰਾਹਿਮ ਦੇ ਅੱਖਾਂ ਤੇ ਪੱਟੀ ਬੰਨੀ ਗਈ ਤੇ ਹੱਥ 'ਚ ਖੰਜਰ ਲੈ ਕੇ ਜਾਂ ਕਿਰਪਾਨ ਲੈ ਕੇ ਪੁੱਤਰ ਨੂੰ ਕੁਰਬਾਨ ਕਰਨ ਲੱਗਾ, ਬਲੀ ਦੇਣ ਲੱਗਾ, ਤੇ ਹੱਥ ਦੇ ਵਿੱਚੋਂ ਕਿਰਪਾਨ ਛੁੱਟ ਗਈ ਤੇ ਧਾਹਾਂ ਪਾਰ ਕੇ ਰੋ ਪਿਆ ਵੀ ਹੈ, ਖੁਦਾ ਮੈਂ ਬਚਨ ਤੇ ਕਰਨੇ, ਮੇਰੇ ਕੋਲ ਪੁੱਤਰ ਨਹੀਂ ਦਿੱਤਾ ਜਾਂਦਾ। ਹਾਲੇ ਕਿ ਪੈਗੰਬਰ ਹੈ, 125,000 ਪੈਗੰਬਰ ਇਸਲਾਮ ਮੰਨਦਾ। ਜੇ ਥੋੜਾ ਜਿਹਾ ਹੋਰ ਅਗਾਂਹ ਆ ਕੇ ਵੇਖੀਏ ਤੇ ਆਖਰੀ ਪੈਗੰਬਰ ਇਸਲਾਮ ਦਾ, ਜਿਹਨੂੰ ਬੜੀ ਅਕੀਦਤ ਨਾਲ, ਬੜੇ ਪ੍ਰੇਮ ਨਾਲ, ਬੜੇ ਸਤਿਕਾਰ ਨਾਲ ਜਿਹਨਾਂ ਦਾ ਨਾਮ ਲਿਆ ਜਾਂਦਾ ਮੁਹੰਮਦ ਸਾਹਿਬ,
ਮੁਹੰਮਦ ਸਾਹਿਬ ਦਾ ਦੋਹਤਾ ਛੋਟੀ ਜਿਹੀ ਉਮਰ ਦੇ ਵਿੱਚ ਕਿਸੇ ਬਿਮਾਰੀ ਕਰਕੇ ਚੜ੍ਹਾਈ ਕਰ ਗਿਆ। ਉਹਨਾਂ ਦੀਆਂ ਆਪਣੀਆਂ ਕਿਤਾਬਾਂ ਨੂੰ ਪੜ੍ਹਨ ਤੋਂ ਪਤਾ ਲੱਗਾ ਕਿ ਮੁਹੰਮਦ ਸਾਹਿਬ ਆਪਣੇ ਦੋਹਤੇ ਦੀ ਜਿਹੜੀ ਮੌਤ ਸੀ ਜਰ ਨਾ ਸਕੇ ਤੇ ਉਹਦੀ ਮੌਤ ਤੇ ਰੋ ਰੋ ਕੇ ਉਹਨਾਂ ਦੀ ਦਾੜੀ ਸਾਰੀ ਭਿੱਜ ਗਈ ਸੀ ਮੁਹੰਮਦ ਸਾਹਿਬ। ਤੇ ਜੇ ਮੈਂ ਇੱਕ ਹੋਰ ਵਾਕਿਆ ਸਾਂਝਾ ਕਰ ਦਵਾਂ ਉਸ ਮੈਦਾਨੇ ਜੰਗ ਦੇ ਵਿੱਚ ਜਿਹਨੂੰ ਮਹਾਂਭਾਰਤ ਕਿਹਾ ਜਾਂਦਾ ਹੈ, ਕੁਰੂਕਸ਼ੇਤਰ ਦੇ ਵਿੱਚ ਲੜਿਆ ਗਿਆ ਤੇ ਆਹਮਣੇ ਸਾਹਮਣੇ ਭਰਾ ਹੀ ਭਾਵੇਂ ਲੜ ਰਹੇ ਨੇ, ਵੱਡੀ ਸੈਨਾ ਹੈ ਤੇ ਸਾਹਮਣੇ ਕੌਰਵਾਂ ਦਾ ਬਣਾਇਆ ਹੈ ਚੱਕਰਵਿਊਹ ਨੂੰ ਤੋੜਨ ਦੇ ਲਈ ਅਭਿਮਨਿਊ ਦਾ ਜਿਹੜਾ ਅਰਜੁਨ ਦਾ ਪੁੱਤਰ ਅਭਿਮਨਿਊ ਅੱਗੇ ਆਇਆ ਤੇ ਯੁਧਿਸ਼ਠਰ ਦੇ ਕਹਿਣ ਤੇ ਹੋਰ ਭਰਾਵਾਂ ਦੀ ਸਹਿਮਤੀ ਦੇਣ ਤੇ ਅਭਿਮਨਿਊ ਨੇ ਚੱਕਰ ਤੋੜ ਦਿੱਤਾ। ਪਰ ਚੱਕਰ ਤੋੜਨ ਦੀ ਉਸ ਚੱਕਰਵਿਊਹ ਨੂੰ ਤੋੜਨ ਦੀ ਜਾਚ ਸੀ ਪਰ ਬਾਹਰ ਪਾਉਣ ਦੀ ਜਾਚ ਨਹੀਂ ਸੀ, ਇਸ ਕਰਕੇ ਬੜੀ ਬੇਰਹਿਮੀ ਨਾਲ ਉਹਨੂੰ ਕਤਲ ਕਰ ਦਿੱਤਾ। ਤੇ ਕਾਫੀ ਦੂਰ ਜਾ ਕੇ ਅਰਜਨ ਆਪਣੇ ਤੀਰਾਂ ਦੀ ਬਾਛੜ ਕੌਰਵਾਂ ਤੇ ਕਰ ਰਿਹਾ ਹੈ ਤੇ ਇਹਦੇ ਕੰਨਾਂ 'ਚ ਆ ਕੇ ਕਿਸੇ ਖਬਰ ਪਾ ਦਿੱਤੀ ਹੈ, ਅਰਜੁਨ ਤੇਰਾ ਇਕਲੌਤਾ ਪੁੱਤਰ ਮਾਰਿਆ ਗਿਆ, ਤੇਰੇ ਪੁੱਤਰ ਅਭਿਮਨਿਊ ਨੇ ਕੌਰਵਾਂ ਨੇ ਘੇਰ ਕੇ ਉਹਨੂੰ ਕਤਲ ਕਰ ਦਿੱਤਾ ਹੈ। ਤੇ ਮੈਂ ਜੋ ਪੜ੍ਹਿਆ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਆਪਣੇ ਪੁੱਤਰ ਅਰਜੁਨ ਦੀ ਮੌਤ, ਉਸ ਅਭਿਮਨਿਊ ਦੀ ਮੌਤ ਤੇ ਅਰਜੁਨ ਇੰਨਾ ਦੁਖੀ ਹੋਇਆ ਕਿ ਉਹ ਤੀਰ ਚਲਾਉਂਦਾ ਚਲਾਉਂਦਾ ਉਸ ਰੱਥ ਤੋਂ ਹੇਠਾਂ ਆ ਗਿਆ ਜਿਹਦਾ ਰੱਥ ਬਾਈ ਕ੍ਰਿਸ਼ਨ ਆਪ ਹੈ। ਉਹ ਰੱਥ ਨੂੰ ਚਲਾਉਣ ਵਾਲਾ ਕ੍ਰਿਸ਼ਨ ਹੈ, ਸਵਾਰੀ ਕਰਨ ਵਾਲਾ ਉਹ ਅਰਜੁਨ ਹੈ ਤੇ ਤਲੁਖ ਧਾਰੀ ਹੈ। ਆਪਣਾ ਤਲੁਖ ਦੇ ਪੱਤੇ ਚੋਂ ਤੀਰ ਸੁੱਟ ਕੇ ਧਾਹਾ ਮਾਰ ਕੇ ਅਰਜੁਨ ਰੋ ਪਿਆ ਹੈ, ਕ੍ਰਿਸ਼ਨ ਮੈਂ ਹੁਣ ਲੜਾਂਗਾ ਨਹੀਂ, ਮੇਰਾ ਪੁੱਤਰ ਮਰ ਗਿਆ। ਬੜਾ ਕਮਾਲ ਦਾ ਕਿਸੇ ਨੇ ਇੱਥੇ ਲਿਖਿਆ ਹੈ, ਕਹਿੰਦਾ ਹੱਥੀ ਪੁੱਤਰਾਂ ਨੂੰ ਬਨਵਾਸ ਦੇ ਕੇ ਦਸ਼ਰਥ ਮਹਿਲਾਂ ਤੋਂ ਮਾਰ ਛਾਲ ਰੋਇਆ, ਇਬਰਾਹਿਮ ਨੇ ਅੱਖੀਆਂ ਬੰਨ ਲਈਆਂ ਮਾਰਨ ਲੱਗਾ ਸੀ ਦੇਗ ਤਲਵਾਰ ਰੋਇਆ, ਅਭਿਮਨਿਊ ਦੀ ਸੁਣੀ ਜਦ ਮੌਤ ਅਰਜਨ ਸਿੱਖ ਰਣ ਦੇ ਵਿੱਚ ਹਥਿਆਰ ਹੋਇਆ, ਸੇਵਕ ਆਖਦਾ ਧੰਨ ਦਸ਼ਮੇਸ਼ ਪਿਤਾ ਜਿਹੜਾ ਮਾਰ ਕੇ ਨਹੀਂ ਪਰ ਮਾਰ ਬੋਲੇ ਸੋ ਨਿਹਾਲ। ਆਪਣੇ ਸਾਹਮਣੇ ਹੀ ਪੁੱਤਰ ਦੀ ਸ਼ਹਾਦਤ ਕਲਗੀਧਰ ਪਾਤਸ਼ਾਹ ਤੱਕਦੇ ਨੇ ਤੇ ਕਹਿੰਦੇ ਨੇ ਖਵਾਇਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਜੁਝਾਰ ਸਿੰਘਾ ਹਮ ਆਗ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਮੈਂ ਚਾਹੁੰਦਾ ਮੈਂ ਆਪਣੀਆਂ ਅੱਖਾਂ ਨਾਲ ਆਪਣੇ ਦੂਜੇ ਪ੍ਰਜੰਗ ਨੂੰ ਵੀ ਕਤਲ ਹੁੰਦਿਆਂ ਸ਼ਹੀਦ ਹੁੰਦਿਆਂ ਤੱਕ ਤੋ ਹੋਏ। ਇਤਨੇ ਮੈਂ ਖਦੰਗ ਆਕੇ ਲਗਾ ਹਾਏ ਜਿਗਰ ਮੈਂ, ਉਸ ਨੰਨੀ ਜੀ ਕਲੀ ਦੇ ਸੀਨੇ ਦੇ ਵਿੱਚ ਦੁਸ਼ਮਣ ਦਾ ਚਲਾਇਆ ਹੋਇਆ ਤੀਰ ਚੱਲਿਆ। ਇਤਨੇ ਮੈਂ ਖਦੰਗ ਹਾਰ ਆਕੇ ਲਗਾ ਜਿਗਰ ਮੈਂ, ਵੋ ਕਾਂਟਾ ਥਾ ਜਾਂ ਗੁਲ ਕਤਰ ਥਾ। ਕਹਿੰਦੇ ਉਹ ਕੰਡਾ ਜਿਹੜਾ ਕਿਸੇ ਕਲੀ ਨੂੰ ਵਿੰਨ ਕੇ ਲੈ ਜਾਂਦਾ ਉਹ ਕੰਡਾ ਸੀ ਕਿ ਜਾਂ ਤੀਰ ਸੀ ਜਿਹੜਾ ਪ੍ਰਜੰਡ ਕਲਗੀਧਰ ਦੇ ਸੀਨੇ ਨੂੰ ਵਿੰਨ ਕੇ ਲੈ ਗਿਆ। ਜਿੱਥੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ ਉਹਦੇ ਪਾਸ ਹੀ ਬਾਬਾ ਜੁਝਾਰ ਸਿੰਘ ਦੀ ਵੀ ਜਾਮੇ ਸ਼ਹਾਦਤ ਪੀ ਗਏ, ਕਲਗੀਧਰ ਪਾਤਸ਼ਾਹ ਉੱਥੇ ਖੜੇ। ਇਹ ਦ੍ਰਿਸ਼ ਵੇਖ ਕੇ ਮਹਾਰਾਜ ਨੇ ਆਪਣੀ ਕਿਰਪਾਨ ਬੇਮਿਆਨੀ ਕੀਤੀ ਤੇ ਬਾਬਾ ਦਇਆ ਸਿੰਘ ਪਿਆਰੇ, ਦਇਆ ਸਿੰਘ ਜੀ ਤੇ ਪਿਆਰੇ ਧਰਮ ਸਿੰਘ ਜੀ, ਪਿਆਰੇ ਭਾਈ ਮਾਨ ਸਿੰਘ ਜੀ, ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਸ ਤਰ੍ਹਾਂ ਨਾ ਕਰਿਓ। ਉੱਥੇ ਬੜਾ ਕਮਾਲ ਦਾ ਲਿਖਿਆ ਕਰਤਾਰ ਸਿੰਘ ਬਲੰਗੜ ਨੇ, ਉਹ ਕਹਿੰਦਾ ਸਿੰਘਾ ਸੋਚਿਆ ਪਿਆ ਹਨੇਰ ਭਾਵੇਂ ਮਹਿੰਦਿਆਂ ਮਹਿੰਦਿਆਂ ਚੰਨ ਨਾ ਚਾੜ ਮਹਿੰਦੇ। ਸਿੰਘ ਇਕੱਠੇ ਹੋ ਗਏ, ਉਹਨਾਂ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕੀਤਾ, ਕਹਿੰਦੇ ਸਾਰਿਆਂ ਨੇ ਸਲਾਹ ਕੀਤੀ, ਸਿੰਘਾ ਸੋਚਿਆ ਪਿਆ ਹਨੇਰ ਭਾਵੇਂ ਵਹਿੰਦਿਆਂ ਵਹਿੰਦਿਆਂ ਚੰਨ ਨਾ ਚਾੜ ਬਹੀਏ, ਆਈ ਵਿਦਾ ਕੇ ਕਿਧਰੇ ਬਹਾਰ ਆਈ, ਅਸੀਂ ਬਾਗ ਨਾ ਉੱਡੋ ਉਜਾੜ ਬਹੀਏ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਸਿੰਘ ਕਹਿਣ ਲੱਗੇ, ਸਾਡੇ ਜੇ ਲੱਖਾਂ ਪੈਦਾ ਕਰੇਗਾ ਤੂੰ ਪਾਸਾ, ਅਸਾਂ ਕੋਈ ਜਗਤ ਦਾ ਥੰਭਣਾ ਨਹੀਂ, ਪਰ ਜੇ ਤੂੰ ਨਾ ਰਹੋ ਦਸ਼ਮੇਸ਼ ਦੁੱਲੇ ਗੁਰੂ ਗੋਬਿੰਦ ਸਿੰਘ ਮੋੜ ਫਿਰ ਜੰਮਣਾ ਨਹੀਂ। ਕਲਗੀਆਂ ਵਾਲਿਆ ਜੇ ਤੂੰ ਹੀ ਨਾ ਰਿਹਾ ਤੇ ਪੰਥ ਕਿਹਦੇ ਸਹਾਰੇ ਰਹੇ, ਜੇ ਤੂੰ ਨਾ ਰਿਹਾ ਤੇ ਅਸੀਂ ਕਿਹਦੇ ਸਹਾਰੇ ਰਵਾਂਗੇ। ਕਲਗੀਆਂ ਵਾਲਿਆ ਖਾਲਸਾ ਪੰਥ ਇਸ ਵੇਲੇ ਤੈਨੂੰ ਹੁਕਮ ਕਰ ਰਿਹਾ ਹੈ ਕਿ ਕੱਚੀ ਗੜੀ ਛੱਡ ਕੇ ਚਲਾ। ਖਾਲਸਾ ਪੰਥ ਤੈਨੂੰ ਬੇਨਤੀ ਵੀ ਕਰ ਰਿਹਾ, ਹੁਕਮ ਕਰ ਰਿਹਾ ਹੈ
ਕਿਉਂਕਿ ਤੂੰ ਕਿਹਾ ਸੀ ਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਜੇ ਗੁਰੂ ਹੈ ਤੇ ਚੇਲਾ ਬਣ, ਪੰਥ ਨੂੰ ਗੁਰੂ ਦਾ ਰੁਤਬਾ ਦੇ ਕੇ ਆਪ ਚੇਲਾ ਵੀ ਬਣਨਾ ਹੈ। ਸੋ ਮਹਾਰਾਜ ਕਿਰਪਾ ਕਰਕੇ ਸਾਡੀ ਬੇਨਤੀ ਮੰਨ ਲਓ। ਮਹਾਰਾਜ ਜੀ ਆਪਣੇ ਨਾਲ ਪਿਆਰੇ ਦਇਆ ਸਿੰਘ ਜੀ ਨੂੰ, ਪਿਆਰੇ ਧਰਮ ਸਿੰਘ ਜੀ ਨੂੰ, ਭਾਈ ਮੋਹਨ ਸਿੰਘ ਮਾਨ ਸਿੰਘ ਜੀ ਨੂੰ, ਤਿਆਗਿਕ ਸਿੰਘਾਂ ਨੂੰ ਲੈ ਕੇ ਕੱਚੀ ਗੜੀ ਨੂੰ ਛੱਡਦੇ ਹਨ। ਜਦੋਂ ਗੜੀ ਦੇ ਬਾਹਰ ਆਉਂਦੇ ਤੇ ਭਾਈ ਦਇਆ ਸਿੰਘ ਪਿਆਰੇ ਜੀ ਕਹਿੰਦੇ, ਮਹਾਰਾਜ ਉਹ ਸਾਹਮਣੇ ਬਾਬਾ ਅਜੀਤ ਸਿੰਘ ਮਿਲ, ਉਹਦੀ ਸਰੀਰ ਦੇ ਉੱਪਰ ਆਪਣਾ ਕਮਰ ਕੱਸਾ ਖੋਲ ਕੇ ਉਡਾ ਦਵਾਂ। ਕਲਗੀਧਰ ਪਾਤਸ਼ਾਹ ਦੇ ਬੋਲ ਸਨ, ਦਇਆ ਸਿੰਘਾ ਜੇ ਤੇਰੇ ਕੋਲ ਇੰਨਾ ਕੱਪੜਾ ਹੈ ਕਿ ਬਾਕੀ ਦੇ ਜਿੰਨੇ ਵੀ 38 ਸਿੰਘ ਪਏ ਹਨ ਉਹਨਾਂ ਤੇ ਉਡਣ ਲਈ ਪੂਰਾ ਹੈ, ਤੂੰ ਮੈਂ ਤੈਨੂੰ ਡੱਕਦਾ ਨਹੀਂ, ਪਰ ਜੇ ਤੂੰ ਕਵੇ ਕੱਲਾ ਅਜੀਤ ਸਿੰਘ ਤੇ ਪਾਉਣਾ ਤੇ ਕੱਲ ਨੂੰ ਤਵਾਰਕ ਕਵੇਗੀ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਕੁਝ ਹੋਰ ਸਮਝੇ ਤੇ ਸਿੰਘ ਕੁਝ ਹੋਰ ਸਮਝੇ। ਮਹਾਰਾਜ ਜੀ ਕਹਿੰਦੇ, ਭਾਵੁਕ ਨਾ ਹੋ ਦਇਆ ਸਿੰਘਾ, ਸਰੀਰ ਹੈ, ਸਰੀਰ ਧਰਤੀ ਤੇ ਪਿਆ, ਇਹਨਾਂ ਦੀ ਸੇਵਾ ਕਰਨ ਵਾਲਾ, ਇਹਨਾਂ ਨੂੰ ਕੱਪੜ ਦੇਣ ਵਾਲਾ, ਕਿਸੇ ਦੀ ਡਿਊਟੀ ਲਾ ਕੇ ਅਕਾਲ ਪੁਰਖ ਨੇ ਰੱਖੀ ਹੋਵੇਗੀ ਨਾ, ਤੇ ਜਿੰਨੀ ਸਾਡੀ ਡਿਊਟੀ ਸੀ ਅਕਾਲ ਪੁਰਖ ਨੇ ਲਾਈ, ਆਪਾਂ ਉਹਦੇ ਤੋਂ ਸੁਰਖਰੂ ਹੋ ਕੇ ਅਸੀਂ ਚੱਲਦੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੱਚੀ ਗੜੀ ਨੂੰ ਨਿਕਲੇ। ਇਤਿਹਾਸ ਦੱਸਦਾ ਹੈ ਕਿ ਮਹਾਰਾਜ ਜੀ ਨੇ ਜੋ ਆਪਣਾ ਪੁਸ਼ਾਕਾ ਸੀ ਜੋ ਬਾਬਾ ਸੰਗਤ ਸਿੰਘ ਜੀ ਨੂੰ ਪਹਿਨਾਇਆ, ਕਿਉਂਕਿ ਚਿਹਰਾ ਇਹਨਾਂ ਦਾ ਰਲਦਾ ਮਿਲਦਾ ਸੀ। ਵੈਸੇ ਵੀ ਜੇ ਵਿਗਿਆਨਿਕ ਤਲ 'ਤੇ ਵੇਖੀਏ ਤਾਂ ਹਰ ਇਨਸਾਨ ਵਰਗੇ ਤਕਰੀਬਨ 7 ਚਿਹਰੇ ਦੁਨੀਆਂ 'ਤੇ ਮੌਜੂਦ ਨੇ, ਜਿੱਦਾਂ ਮੇਰੇ ਵਰਗੇ ਵੀ 7 ਚਿਹਰੇ ਦੁਨੀਆਂ, ਵਿਗਿਆਨ ਦਾ ਜੋ ਕਹਿਣਾ ਹੈ ਮੰਨਣਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਪੁਸ਼ਾਕਾ ਪਹਿਨਾਇਆ, ਆਪਣੀ ਕਲਗੀ ਦਿੱਤੀ, ਆਪਣਾ ਸ੍ਰੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਬਾਬਾ ਸੰਗਤ ਸਿੰਘ ਨੂੰ ਦਿੱਤੀ, ਅਤੇ ਬਾਬਾ ਸੰਗਤ ਸਿੰਘ ਜੀ ਅਤੇ ਬਾਬਾ ਸੰਤ ਸਿੰਘ ਜੀ, ਭਾਈ ਸੰਤ ਸਿੰਘ ਜੀ ਮਗੇਸਰੀ, ਇਹ ਦੋ ਸਿੰਘ ਕੱਚੀ ਗੜੀ ਦੇ ਵਿੱਚ ਰਹੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਥੇ ਆਵਾਜ਼ਾਂ ਦੇ ਕੇ ਸਤਿਗੁਰ ਮਹਾਰਾਜ ਜੀ ਤਾੜੀ ਮਾਰ ਕੇ ਨਿਕਲੇ ਨੇ, ਖਿੰਦਾ ਪੀਰ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਓ। ਕਲਗੀਧਰ ਪਾਤਸ਼ਾਹ ਉੱਥੋਂ ਬਾਹਰ ਆਏ। ਅਗਲਾ ਜਦੋਂ ਦਿਨ ਦਾ ਆਰੰਭ ਹੋਇਆ, ਉਸ ਕਿਲ੍ਹੇ ਦੇ ਉੱਪਰ ਸਾਰੀ ਮੁਗਲ ਹਕੂਮਤ ਦੇ ਵਿੱਚੋਂ ਅਗਲੇ ਜਰਨੈਲਾਂ ਨੇ ਹਮਲਾ ਕੀਤਾ। ਦੋ ਸਿੰਘ ਵੀ ਅਖੀਰਲੇ ਸਵਾਸਾਂ ਤੱਕ ਲੜਦੇ ਹੋਏ ਸ਼ਹੀਦ ਹੋਏ। ਬਾਬਾ ਸੰਗਤ ਸਿੰਘ ਜੀ ਦਾ ਜਿਹੜਾ ਸੀਸ ਸੀ ਧੜ ਨਾਲੋਂ ਜੁਦਾ ਕਰਕੇ ਦਿੱਤਾ ਗਿਆ, ਭੁਲੇਖਾ ਪਾਉਣ ਲਈ ਵੀ ਗੁਰੂ ਗੋਬਿੰਦ ਸਿੰਘ ਸ਼ਹੀਦ ਹੋ। ਅਖੀਰ ਤੇ ਸੂਬਾ ਸਰਹੰਦ ਦੇ ਵਜ਼ੀਰ ਖਾਨ ਨੇ ਇਹ ਕਹਿ ਕੇ ਜੁਕਾਰ ਦਿੱਤਾ ਵੀ ਇਹ ਉਹਨਾਂ ਦਾ ਸੀਸ ਨਹੀਂ ਹੈ। ਉਸ ਕੱਚੀ ਗੜੀ ਨੂੰ ਮੁਗਲ ਹਕੂਮਤ ਵੱਲੋਂ ਘੇਰ ਕੇ ਉਹਦੇ 'ਤੇ ਕਬਜ਼ਾ ਕਰ ਲਿਆ ਗਿਆ। ਅਖੀਰ ਆਪਣੀ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਉਸੇ ਹੀ ਦਿਨ ਦੀ ਜੋ ਰਾਤ ਹੈ, ਦਿਨ ਢਲਣ ਤੋਂ ਬਾਅਦ ਸਾਰੀ ਮੁਗਲ ਹਕੂਮਤ ਉਸ ਜਗ੍ਹਾ ਦੇ ਉੱਪਰ ਪੰਡਾਲਾਂ ਦੇ ਵਿੱਚ, ਤੰਬੂਆਂ ਦੇ ਵਿੱਚ ਜਸ਼ਨ ਮਨਾ ਰਹੀ। ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਬੀਬੀਆਂ ਦੀ ਵੱਡੀ ਦੇਣ ਹੈ, ਔਰਤ ਨੂੰ ਕੱਲ ਗੁਰੂ ਨਾਨਕ ਸਾਹਿਬ ਨੇ ਜੋ ਰੁਤਬਾ ਦਿੱਤਾ ਹੈ ਕਿ ਇਸ ਜਨਨੀ ਸੋ ਕਿਉਂ ਮੰਦਾ ਆਖੀਆ ਜਿਤ ਜੰਮਹਿ ਰਾਜਾਨ। ਇੱਕ ਰਾਜਾ ਗਜਬਤ ਹੋਇਆ ਹੈ 18ਵੀਂ ਸਦੀ ਦੇ ਵਿੱਚ, ਅਤੇ ਉਹ ਗਜਬਤ ਸਿੰਘ ਰਾਜੇ ਨੇ ਆਪਣੇ ਘਰ ਜਦੋਂ ਧੀ ਜੰਮੀ ਤਾਂ ਉਹਨੂੰ ਚੁੱਕ ਕੇ ਇੱਕ ਘੜੇ 'ਚ ਪਾ ਦਿੱਤਾ ਅਤੇ ਘੜੇ ਨੂੰ ਬੰਦ ਕਰਕੇ ਇੱਕ ਖੇਤ 'ਚ ਦੱਬ ਦਿੱਤਾ, ਅਤੇ ਦੱਬ ਕੇ ਵੱਡੇ ਵੱਡੇ ਗੱਡੇ ਲੱਦ ਕੇ ਦਾਨ ਦੇਣ ਲਈ ਚੱਲਿਆ ਵੀ ਇਹ ਵੱਡਾ ਪਾਪ ਮੈਂ ਕੁੜੀ ਮਾਰੀ ਹੈ ਆਪਣੀ, ਅਤੇ ਇਹ ਪਾਪ ਮੈਂ ਧੁਲਾ ਲਵਾਂ, ਧੀ ਨੂੰ ਮਾਰ ਕੇ ਪਾਪ ਧੁਲਾ ਲਵਾਂ। ਜਦੋਂ ਗੱਡੇ ਲੱਦ ਕੇ ਬਾਬਾ ਗੁੱਦੜ ਸਿੰਘ ਰੱਬੀ ਰੂਹ, ਰੰਗੀ ਹੋਈ ਰੂਹ, ਉਹਨਾਂ ਦੇ ਡੇਰੇ ਥਾਣੇ ਪਹੁੰਚਿਆ ਅਤੇ ਕਹਿੰਦਾ ਇੱਕ ਗੱਡਾ ਤੁਸੀਂ ਰੱਖ ਲਵੋ, ਇੱਕ ਗੱਡਾ ਮੈਂ ਅਗਾਂਹ ਜਾ ਕੇ ਦਾਨ ਕਰਾਂਗਾ। ਅਤੇ ਉਸ ਬ੍ਰਹਮ ਗਿਆਨੀ ਨੇ ਗਜਬਤ ਸਿੰਘ ਨੂੰ ਕਿਹਾ, ਗਜਬਤ ਸਿੰਘ ਜੋ ਸਾਡੇ ਰਹਿਤਨਾਮੇ ਮਿਲਦੇ ਨੇ ਭਾਈ ਦੇਸਾ ਸਿੰਘ, ਭਾਈ ਦਇਆ ਸਿੰਘ ਇਤਿਹਾਸਿਕ ਸਿੰਘਾਂ ਦੇ, ਉਹਨਾਂ ਵਿੱਚ ਵੀ ਜ਼ਿਕਰ ਹੈ ਕਿ ਕੁੜੀ ਮਾਰ ਨੜੀ ਮਾਰ ਨਾਲ ਮਿਲਣਾ ਨਹੀਂ ਹੈ। ਬਾਬਾ ਗਜਪਤ ਸਿੰਘ, ਬਾਬਾ ਗੁੱਦੜ ਸਿੰਘ ਜੀ ਕਹਿਣ ਲੱਗੇ, ਗਜਪਤ ਸਿੰਘ ਤੂੰ ਧੀ ਨੂੰ ਕਤਲ ਕੀਤਾ ਹੈ, ਤੂੰ ਧੀ ਨੂੰ ਮਾਰਿਆ ਹੈ, ਤੇ ਤੇਰਾ ਦਿੱਤਾ ਹੋਇਆ ਦਾਨ ਕਿਤੇ ਕਬੂਲ ਨਹੀਂ ਹੋਵੇ,
ਬੇਟਾ ਜੇ ਚਾਹੁੰਦਾ ਹੈ ਗੱਡਾ ਕਬੂਲ ਕਰਾਂ ਤੇ ਜਾ ਕੇ ਵੇਖ ਕੁੜੀ ਸਵਾਸ ਲੈ ਰਹੀ ਹੈ ਉਹਨੂੰ ਘੜੇ ਚੋਂ ਬਾਹਰ ਕੱਢ ਤੇਰਾ ਦਾਨ ਕਬੂਲ ਹੋ ਜਾਵੇਗਾ ਪਾਪ ਵੀ ਲਹਿ ਜਾਵੇਗਾ। ਗਜਪਤ ਸਿੰਘ ਵਾਪਸ ਪਰਤਿਆ ਜਾ ਕੇ ਉਸੇ ਜਗ੍ਹਾ ਤੋਂ ਘੜਾ ਕੱਢਿਆ ਘੜੇ ਦੇ ਵਿੱਚ ਕੁੜੀ ਹਲੇ ਜਿੰਦਾ ਸੀ। ਆਪ ਜੀ ਦੀ ਜਾਣਕਾਰੀ ਲਈ ਦੱਸ ਦੇਵਾਂ ਉਹ ਧੀ ਉਹਨੂੰ ਫਿਰ ਪਾਲਿਆ ਵੱਡਿਆ ਕੀਤਾ ਤੇ ਉਹਦਾ ਵਿਆਹ ਸਰਦਾਰ ਚੜ੍ਹਤ ਸਿੰਘ ਦੇ ਪੁੱਤਰ ਸਰਦਾਰ ਮਹਾਂ ਸਿੰਘ ਦੇ ਨਾਲ ਕੀਤਾ। ਉਹਦਾ ਨਾਮ ਰੱਖਿਆ ਰਾਜ ਕੌਰ। ਉਸ ਗਜਪਤ ਸਿੰਘ ਨੇ ਜਿਹਨੂੰ ਦੱਬਿਆ ਸੀ ਉਹਨੂੰ ਵੱਡਿਆ ਕੀਤਾ ਤੇ ਉਹਦਾ ਵਿਆਹ ਕੀਤਾ ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਦੇ ਨਾਲ ਤੇ ਇਹਦਾ ਕੁੜੀ ਦਾ ਨਾਮ ਲੜਕੀ ਦਾ ਨਾਮ ਰੱਖਿਆ ਰਾਜ ਕੌਰ ਤੇ ਰਾਜ ਕੌਰ ਦੀ ਕੁੱਖ ਤੋਂ ਜਨਮ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਜਿਹਨੇ ਖਾਲਸੇ ਦੇ ਝੰਡੇ ਬੁਲੰਦ ਕੀਤੇ। ਕਿੱਥੋਂ ਵੇਖੋ ਗੱਲ ਚੱਲੀ। ਕੱਲ ਜ਼ਿਕਰ ਕੀਤਾ ਸੀ ਬੀਬੀ ਭਿਖਾ ਸਿੰਘ ਜਿਹੜੀ ਪਹਿਲੀ ਸਿੱਖ ਕੌਮ ਦੀ ਸ਼ਹੀਦ ਹੈ ਤੇ ਸਰਸਾ ਦੇ ਝੱਖੀਆਂ ਪਿੰਡ ਤੇ ਬਾਬਾ ਜੀਵਨ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਲੜਦੀ ਵੀ ਸ਼ਹੀਦ ਹੋ ਗਈ ਤੇ ਉੱਥੇ ਬੀਬੀ ਸ਼ਰਨ ਕੌਰ ਕੁਝ ਇਤਿਹਾਸਕਾਰਾਂ ਨੇ ਹਰਸ਼ਰਨ ਕੌਰ ਲਿਖਿਆ ਹੈ ਇਹਦੇ ਪਤੀ ਦਾ ਨਾਮ ਸੀ ਸਰਦਾਰ ਪ੍ਰੀਤਮ ਸਿੰਘ। ਉਹ ਕਲਗੀਧਰ ਪਾਤਸ਼ਾਹ ਦੇ ਨਾਲ ਚਮਕੌਰ ਦੇ ਜੰਗ ਵਿੱਚ ਸ਼ਹੀਦ ਪਹਿਲਾਂ ਹੋ ਚੁੱਕੇ ਸਨ ਉੱਥੇ ਲੜ ਗਏ। ਬੀਬੀ ਹਰਸ਼ਰਨ ਕੌਰ ਨੂੰ ਪਤਾ ਲੱਗਾ ਕਿ ਕਲਗੀਧਰ ਦੇ ਨਾਲ ਸਿੰਘ ਸੂਰਮੇ ਲੜਦੇ ਸ਼ਹੀਦ ਹੋਏ। ਉਹਦਾ ਚਮਕੌਰ ਦੇ ਨਾਲ ਵੀ ਪਿੰਡ ਸੀ ਆਪਣੇ ਪਿੰਡ ਦੇ ਵਿੱਚੋਂ ਨਿਕਲੀ ਆ ਕੇ ਉਸ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਦੀ ਰਹੀ। ਉਹਨਾਂ ਬਾਕੀ ਸਾਰੇ ਸਿੰਘਾਂ ਦੇ ਜੋ ਸਰੀਰ ਸਨ ਉਹਨਾਂ ਸਰੀਰਾਂ ਨੂੰ ਇਕੱਲੇ ਇਕੱਲੇ ਨੂੰ ਚੁੱਕ ਕੇ ਇੱਕ ਜਗ੍ਹਾ ਲੈ ਕੇ ਆਈ ਤੇ ਜੰਗਲ ਦਾ ਇਲਾਕਾ ਹੋਣ ਕਰਕੇ ਇਕੱਠਾ ਲੱਕੜਾਂ ਇਕੱਠੀਆਂ ਕੀਤੀਆਂ ਤੇ ਇੱਕੋ ਵੱਡੀ ਚਿਖਾ ਬਣਾ ਕੇ ਉਹਨਾਂ ਸਾਰੇ ਸਰੀਰਾਂ ਨੂੰ ਉਹਨਾਂ 'ਤੇ ਰੱਖ ਕੇ ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸਦਿਆਂ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਇਹਨਾਂ ਸ਼ਹੀਦਾਂ ਸਿੰਘਾਂ ਦੀ ਅਰਦਾਸ ਕਰਕੇ ਬੀਬੀ ਸ਼ਰਨ ਕੌਰ ਨੇ ਇਸ ਚਿਖਾ ਦੇ ਅਗਰ ਦੇ ਦਿੱਤੀ ਚਿਖਾ। ਜਦੋਂ ਵੱਡੇ ਵੱਡੇ ਭਾਂਬੜ ਬੱਚੇ ਲੱਕੜਾਂ ਅੱਗ ਲੱਗੀ ਤੇ ਤੰਬੂਆਂ ਦੇ ਵਿੱਚੋਂ ਉਹਨਾਂ ਸ਼ਮਿਆਨਾਂ ਦੇ ਵਿੱਚੋਂ ਜੋ ਜਸ਼ਨ ਮਨਾ ਰਹੇ ਸਨ ਉਹ ਭੱਜ ਕੇ ਆਏ। ਜਦੋਂ ਅੱਗ ਦੇ ਭਾਂਬੜ ਵੇਖੇ ਤੇ ਬੀਬੀ ਸ਼ਰਨ ਕੌਰ ਨੂੰ ਪਤਾ ਲੱਗਿਆ ਵੀ ਹਲੇ ਸੰਸਕਾਰ ਮੁਕੰਮਲ ਨਹੀਂ ਹੋਇਆ, ਹਲੇ ਸੰਸਕਾਰ ਪੂਰਾ ਨਹੀਂ ਹੋਇਆ ਤੇ ਜਦੋਂ ਉਹ 20-25 ਸਿਪਾਹੀ ਅੱਗੇ ਵੱਧ ਕੇ ਬੀਬੀ ਨੂੰ ਰੋਕਣ ਲੱਗੇ ਤੇ ਬੀਬੀ ਨੇ ਤਲਵਾਰ ਕਿਰਪਾਨ ਬੇਮਿਆਨੀ ਕੀਤੀ ਤੇ ਵੇਹਦਿਆਂ ਵੇਹਦਿਆਂ 10 ਤੋਂ 15 ਜਣਿਆਂ ਦੇ ਜਿਹੜੇ ਸੀਸ ਹਨ ਧੜਨ ਨੂੰ ਉਦਾਰ ਕਰ ਦਿੱਤੇ। ਇੰਨੀ ਦਲੇਰ ਬੀਬੀ ਇਤਿਹਾਸ ਦੇ ਵਿੱਚ ਜਿੱਥੇ ਮਾਈ ਭਾਗੋ ਜੀ ਦਾ ਜ਼ਿਕਰ ਆਉਂਦਾ ਹੈ ਕਿਉਂਕਿ ਔਰਤ ਨੂੰ ਬਰਾਬਰਤਾ ਤੇ ਦਿੱਤੀ ਹੈ ਪਰ ਏਡੀ ਕਮਾਲ ਦੀ ਦੇਰੀ ਤੇ ਇੰਨੀ ਵੱਡੀ ਸਿਆਣਪ ਸਿਆਣਪ ਦੀ ਗੱਲ। 40 ਸਿੰਘ ਜਦੋਂ ਵਿਦਾਵਾ ਲੈ ਕੇ ਵਾਪਸ ਪਰਤ ਰਹੇ ਸਨ ਤੇ ਇੱਕ ਛੋਟਾ ਜਿਹਾ ਬੱਚਾ ਰੋਂਦਾ ਹੈ ਤੇ ਮਾਂ ਨੇ ਉਹਦਾ ਹੱਥ ਪਕੜਿਆ ਤੇ ਪਕੜ ਕੇ ਉਹਨੂੰ ਦਰਵਾਜ਼ੇ ਅੰਦਰ ਕਮਰੇ ਅੰਦਰ ਲੈ ਗਈ ਤੇ ਕਮਰਾ ਬੰਦ ਕਰ ਦਿੱਤਾ। ਸਿੱਖੀ ਦੇ ਵਿੱਚ ਔਰਤ ਦਾ ਕਿਰਦਾਰ ਕਿੱਥੇ ਹੈ? ਕਿਸੇ ਕਮਾਲ ਲਿਖਿਆ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂ ਨਾ ਹੀ ਤਾਂ ਜਨਨੀ ਬੰਦ ਰਹੇ ਕਾ ਵੇਗ ਬਾਬਤ। ਔਰਤ ਜਨਮ ਦੇਵੇ ਤੇ ਕਿਸੇ ਭਗਤ ਨੂੰ ਜਨਮ ਦੇਵੇ, ਔਰਤ ਜਨਮ ਦੇਵੇ ਤੇ ਕਿਸੇ ਦਾਤੇ ਰਾਜੇ ਨੂੰ ਜਨਮ ਦੇਵੇ ਤੇ ਔਰਤ ਜਨਮ ਦੇਵੇ ਤੇ ਕਿਸੇ ਮਹਾਬਲੀ ਯੋਧੇ ਸੂਰਵੀਰ ਨੂੰ ਜਨਮ ਦੇਵੇ, ਨਹੀਂ ਦੇ ਸਕਦੀ ਤੇ ਫਿਰ ਉਹ ਕਹਿੰਦਾ ਬੰਦ ਹੋ ਜਾਏ। ਉਹਨੇ ਬਾਂਹ ਪਕੜ ਕੇ ਬੱਚੇ ਨੂੰ ਅੰਦਰ ਡੱਕ ਦਿੱਤਾ, ਬਾਹਰੋਂ ਕੁੰਡਾ ਲਾ ਦਿੱਤਾ। ਹੁਣ ਬੱਚਾ ਰੋਂਦਾ, ਮਾਂ ਮੈਂ ਗਲਤੀ ਕੋਈ ਨਹੀਂ ਕੀਤੀ, ਮਾਂ ਮੈਂ ਸ਼ੈਤਾਨੀ ਕੋਈ ਨਹੀਂ ਕੀਤੀ, ਮਾਂ ਮੈਂ ਕੁਝ ਮੰਗਦਾ ਨਹੀਂ, ਮੈਨੂੰ ਬਾਹਰ ਕੱਢ, ਮੇਰਾ ਕਸੂਰ ਕੀ ਹੈ? ਬੱਚਾ ਸਾਰਾ ਦਿਨ ਵਿਲਕਦਾ ਰਿਹਾ। ਸ਼ਾਮ ਨੂੰ ਮਾਤਾ ਨੇ ਦਰਵਾਜ਼ਾ ਖੋਲ੍ਹਿਆ, ਛਾਤੀ ਨਾਲ ਲਾ ਲਿਆ। ਉਹਦੇ ਬਾਪੂ ਨੇ ਪੁੱਛਿਆ, ਭਾਗਵਾਨ ਨੇ ਇਹਨੂੰ ਕਮਰੇ 'ਚ ਕਿਉਂ ਬੰਦ ਕੀਤਾ? ਤੇ ਉਹ ਛਾਤੀ ਨਾਲ ਲਾ ਕੇ ਅੱਖਾਂ 'ਚੋਂ ਹੰਝੂ ਵਹਾਉਂਦੀ ਕੋਈ ਕਹਿਣ ਲੱਗੀ, ਪੁੱਤਰਾ ਮੈਨੂੰ ਮਾਫ਼ ਕਰੀ ਪਰ ਸਾਈਂ ਜੀ ਪਤੀ ਜੀ ਮੈਨੂੰ ਪਤਾ ਲੱਗਾ ਕਿ ਕੁਝ 40 ਸਿੰਘ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਿਦਾਵੇ 'ਚ ਲਿਖ ਆਏ ਨੇ ਕਿ ਤੂੰ ਸਾਡਾ ਗੁਰੂ ਨੂੰ, ਅਸੀਂ ਤੇਰੇ ਸਿੱਖ ਨਹੀਂ, ਤੇ ਮੈਨੂੰ ਪਤਾ ਲੱਗਾ ਉਹ 40 ਇੰਦਰ ਦੀ ਸਾਡੇ ਪਿੰਡ ਖਾਣੀ ਗੁਜ਼ਰ ਰਹੇ ਨੇ। ਮੈਂ ਨਹੀਂ ਚਾਹੁੰਦੀ ਸਾਈਂ ਜੀ ਉਹਨਾਂ ਬੇਦਾਵੀਆਂ ਦਾ, ਉਹਨਾਂ ਬੇਸਿਦਗੀਆਂ ਦਾ ਜੋ ਸਾਇਆ ਹੈ, ਜੋ ਚਿਹਰਾ ਹੈ ਮੇਰੇ ਪੁੱਤਰ ਤੇ, ਪਵੇ ਕਿਧਰੇ ਕੱਲ ਨੂੰ ਇਹ ਵੀ ਨਾ ਸਿੱਖੀ ਤੋਂ ਥਿੜਕੇ। ਐਸੀਆਂ ਐਸੀਆਂ ਰੂਹਾਂ
ਸਿੱਖ ਕੌਮ ਦੇ ਵਿੱਚ ਮਾਈ ਭਾਗੋ ਨੇ ਚਾਲੀਆਂ ਨੂੰ ਹੰਗਾਰਿਆ ਤੇ ਵਾਪਸ ਲੈ ਕੇ ਆਂਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜੋ ਮਾਤਾ ਜੀ ਸਨ, ਮਾਤਾ ਗੁਜਰੀ ਜੀ, ਉਹਨਾਂ ਦੀ ਦੇਖ ਰੇਖ ਦੇ ਵਿੱਚ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਰਾਤ ਬਤੀਤ ਕਰ ਰਹੇ ਨੇ। ਰੁੱਖੀ ਸੁੱਖੀ ਜੋ ਛਕਿਆ ਉੱਥੋਂ ਅਗਲਾ ਦਿਨ ਹੋਇਆ ਤੇ ਇੱਕ ਲਾਗਲੇ ਪਿੰਡ ਦੀ ਬ੍ਰਾਹਮਣੀ ਕੋਈ ਇਸਤਰੀ ਸੀ, ਉਹ ਗੁਰੂ ਘਰ 'ਚ ਸ਼ਰਧਾ ਰੱਖਦੀ ਸੀ। ਅਗਲੇ ਦਿਨ ਸੁਬਾਹ ਦਾ ਜੋ ਖਾਣਾ ਸੀ ਉਹ ਆਪਣੇ ਘਰ ਤੋਂ ਪਕਾ ਕੇ ਲੈ ਕੇ ਆਈ ਸੀ। ਕੁੰਮੇ ਮਾਸ਼ਕੀ ਦੀ ਝੁੱਗੀ ਪਿੰਡ 'ਚੋਂ ਦੇਖ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਥੋਂ ਚਲੇ ਗਏ। ਮਾਛੀਵਾੜੇ ਦਾ ਜੋ ਗਾਂ ਪ੍ਰਸੰਗ ਆਉਣਾ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਲੈਣ ਲਈ ਗੰਗੂ ਆਇਆ, ਉਹਦੇ ਘਰ ਦੇ ਵਿੱਚ ਰਹੇ ਤੇ ਦੋ ਦਿਨ ਦੀ ਜੋ ਕਚਹਿਰੀ ਇਹਦਾ ਬਿਰਤਾਂਤ ਮੈਂ ਦੋਵਾਂ ਦਿਨਾਂ ਦਾ ਆਪ ਨਾਲ ਕੱਲ੍ਹ ਸਾਂਝਾ ਕਰਾਂਗਾ। ਬੀਬੀ ਹਰਸ਼ਰਨ ਕੌਰ ਨੇ ਤਲਵਾਰ ਮਿਆਨੋਂ ਧੂ ਕੇ ਕਈਆਂ ਨੂੰ ਕਤਲ ਕਰ ਦਿੱਤਾ, ਪਰ ਮਹਿੰਦਿਆਂ ਮਹਿੰਦਿਆਂ ਚਿਖਾ ਤੇਲ ਹੋਈ। ਸਿੰਘਾਂ ਦਾ ਸੰਸਕਾਰ ਕਰੀਬਨ ਸਰੀਰਾਂ ਦਾ ਹੋ ਚੁੱਕਾ ਹੈ ਤੇ ਜਦੋਂ ਵਾਹ ਪੱਤਣ ਲੱਗੀ ਤੇ ਉਹਨਾਂ ਦੇ ਬੰਦੇ ਜ਼ਿਆਦਾ ਕਤਲ ਹੋਏ ਤੇ ਲੜਦਿਆਂ ਲੜਦਿਆਂ ਬੀਬੀ ਹਰਸ਼ਰਨ ਕੌਰ ਦੇ ਹੱਥ ਵਿੱਚੋਂ ਤਲਵਾਰ ਛੁੱਟ ਗਈ ਤੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਨੂੰ ਪਕੜ ਕੇ ਜਿੰਦਾ ਕੇ ਉਸ ਚਿਖਾ ਦੇ ਵਿੱਚ ਸੁੱਟ ਦਿੱਤਾ। ਆਪਾਂ ਕਹਿ ਲਈਏ ਵੀ ਜੇ 40 ਸਿੰਘ ਸ਼ਹੀਦ ਹੋਏ ਨੇ, ਉਹਨਾਂ ਦੇ ਨਾਲ ਨਾਲ ਇੱਕ ਬੀਬੀ ਵੀ ਸ਼ਹੀਦ ਹੋਈ ਹੈ। ਉਹਨਾਂ 40 ਦੇ ਨਾਲ ਇੱਕ ਬੀਬੀ ਨੇ ਵੀ ਸ਼ਹਾਦਤ ਦਿੱਤੀ ਹੈ। ਸੋ ਇਹ ਸਾਰੀ ਸੇਵਾ ਬੀਬੀ ਹਰਸ਼ਰਨ ਕੌਰ, ਜਿਨ੍ਹਾਂ ਦਾ ਪਤੀ ਭਾਈ ਪ੍ਰੀਤਮ ਸਿੰਘ ਦੇ ਪਿੱਛੋਂ ਪਰਿਵਾਰ ਗੁਰੂ ਘਰ ਨਾਲ ਜੁੜਿਆ ਸੀ, ਉਹਨਾਂ ਨੇ ਸ਼ਹਾਦਤ ਦੇ ਕੇ ਇਹ ਗੱਲ ਦੁਨੀਆਂ ਨੂੰ ਦੱਸ ਦਿੱਤੀ ਵੀ ਕਲਗੀਧਰ ਪਾਤਸ਼ਾਹ ਨੇ ਜਿੱਥੇ ਬਰਾਬਰਤਾ ਸਿੰਘ ਸ਼ਬਦ ਦੇ ਕੇ ਸਿੱਖਾਂ ਨੂੰ ਮਰਦਾਂ ਨੂੰ ਦਿੱਤੀ ਹੈ, ਉੱਥੇ ਇਸਤਰੀ ਨੂੰ ਵੀ ਕੁਵਰ ਸ਼ਬਦ ਜਾਂ ਕੌਰ ਸ਼ਬਦ ਦੇ ਕੇ ਬਰਾਬਰਤਾ ਦੇ ਕੇ ਇੱਕੋ ਬਿਲਕੁਲ ਨਿਡਰ ਨਿਰਧਾਰਿਤ ਸਿੰਘਣੀਆਂ ਬਣਾਇਆ ਹੈ। ਆਪਣਾ ਫਰਜ਼ ਪੂਰਾ ਕੀਤਾ ਤੇ ਬੀਬੀ ਜੀ ਬੀਬੀ ਹਰਸ਼ਰਨ ਕੌਰ ਜੀ ਦੀ ਇੱਥੇ ਸ਼ਹਾਦਤ ਹੋਈ। ਗੜੀ ਦੇ ਵਿੱਚ ਕੋਈ ਵੀ ਸਿੰਘ ਨਾ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇੱਥੋਂ ਬਾਹਰ ਆਏ। ਸਮਾਪਤੀ ਕਰਾਂ। ਇੱਕ ਵਿਦਵਾਨ ਨੇ ਲਿਖਿਆ ਹੈ, ਪ੍ਰਿੰਸੀਪਲ ਸਰਵਣ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਦੀ ਕਿਤਾਬ ਵਿੱਚ ਉਹਨਾਂ ਦੀ ਖੋਜ ਵਿੱਚ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਤੀਰ ਅਨੰਦ ਉਸ ਕੱਚੀ ਗੜੀ ਦੇ ਗੁੰਮਟੀ ਤੋਂ ਚਲਾਏ ਸਨ। ਤੇ ਇੰਨੇ ਜ਼ਿਆਦਾ ਤੀਰ ਚਲਾਏ ਕਲਗੀਧਰ ਨੇ, ਇੰਨੇ ਜ਼ਿਆਦਾ ਤੀਰ ਇਸ ਜਗ੍ਹਾ ਤੋਂ ਚਲਾਏ, ਕਿਉਂਕਿ ਤਾਕਤ ਮੈਂ ਪਹਿਲਾਂ ਦੱਸ ਚੁੱਕਾ ਹਾਂ ਵੀ 180 ਕਿਲੋ ਵਜ਼ਨ ਚੁੱਕਣ ਵਾਲਾ ਤੀਰ ਚਲਾ ਸਕਦਾ ਸੀ। ਤਾਂ ਤੀਰ ਇੰਨੀ ਜ਼ੋਰ ਨਾਲ ਚੱਲਦੇ ਸਨ ਵੀ ਇੱਕ ਦੀ ਛਾਤੀ 'ਚੋਂ ਨਿਕਲ ਕੇ ਦਸਾਂ ਦਸਾਂ ਦੀ ਛਾਤੀ ਵਿੱਚ। ਤਾਂ ਮਹਾਰਾਜ ਨੇ ਸਭ ਤੋਂ ਜ਼ਿਆਦਾ ਤੀਰ ਕੱਚੀ ਗੜੀ 'ਚੋਂ ਚਲਾਏ। ਜਦੋਂ ਗੜੀ ਖਾਲੀ ਕਰਕੇ ਬਾਹਰ ਨੂੰ ਨਿਕਲੇ ਤੇ ਕਹਿੰਦੇ ਲੁਹਾਰ ਦੇ ਕੋਲ ਗਏ, ਇੱਥੇ ਕੜੇ ਹੁੰਦੇ ਨੇ ਛੋਟੇ ਛੋਟੇ, ਜਿੱਦਾਂ ਅਸੀਂ ਸ਼ਾਪ ਜਾਂ ਛੱਲਾ ਕਹਿ ਦਿੰਦੇ ਹਾਂ, ਉਹ ਛੱਲਾ ਇੱਥੇ ਪਾਇਆ ਜਾਂਦਾ ਜਿਹਦੇ ਨਾਲ ਤੀਰ ਨੂੰ ਖਿੱਚਿਆ ਜਾਂਦਾ ਹੈ। ਮਹਾਰਾਜ ਉਸ ਲੁਹਾਰ ਤੋਂ ਗਏ ਇਸ ਕਰਕੇ ਕਿਉਂਕਿ ਤੀਰ ਚਲਾ ਚਲਾ ਕੇ ਸਤਿਗੁਰ ਮਹਾਰਾਜ ਦੀਆਂ ਉਂਗਲਾਂ ਡਬਲ ਹੋ ਗਈਆਂ ਸੀ, ਉਹਨਾਂ 'ਤੇ ਬਹੁਤ ਜ਼ਿਆਦਾ ਮੋਟਾਪਾ ਆ ਗਿਆ ਸੀ, ਉਹਦੇ 'ਚ ਸੋਜ ਪੈ ਗਈ ਸੀ। ਅਤੇ ਜਦੋਂ ਲੁਹਾਰ ਸਤਿਗੁਰੂ ਜੀ ਦੇ ਛੱਲੇ ਕੱਟਣ ਲੱਗਾ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਵੀ ਪਾਣੀ ਵਗ ਰਿਹਾ ਸੀ, ਕਿਉਂਕਿ ਜਦੋਂ ਛੱਲੇ ਕੱਟੇ ਤੇ ਕਲਗੀਧਰ ਪਾਤਸ਼ਾਹ ਦਾ ਸਾਰਾ ਖੱਤ ਖੂਨ ਦੇ ਨਾਲ ਭਿੱਜ ਗਿਆ ਤੇ ਜਿਹੜਾ ਜਾਮਾ ਮਹਾਰਾਜ ਨੇ ਪਹਿਨਿਆ ਸੀ ਸਾਰਾ ਖੂਨ ਜਾਮੇ 'ਤੇ ਲੜ ਗਿਆ। ਕਲਗੀਧਰ ਪਾਤਸ਼ਾਹ ਦੇ ਇਹਨਾਂ ਸੂਰਵੀਰ ਯੋਧਿਆਂ ਦਾ ਇਤਿਹਾਸ, ਪੁੱਤਰਾਂ ਦਾ ਇਤਿਹਾਸ, ਸਤਿਗੁਰ ਮਹਾਰਾਜ ਜੀ ਦਾ ਆਪਣਾ ਇਤਿਹਾਸ ਸਾਨੂੰ ਇੱਕ ਵੱਖਰਾ, ਨਵੀਂ ਇੱਕ ਰੌਂਕ, ਨਵਾਂ ਇੱਕ ਜਲਾਲ, ਨਵੀਂ ਇੱਕ ਤਾਕਤ ਦਿੰਦਾ ਹੈ, ਜਿਹਦੇ ਨਾਲ ਅਸੀਂ ਅੱਜ ਹੱਸਦੇ ਖੇਡਦੇ ਹਾਂ, ਜਿਹਦੇ ਕਰਕੇ ਅਸੀਂ ਅੱਜ ਸਰਦਾਰੀਆਂ ਦੇ ਆਨੰਦ ਮਾਣਦੇ ਹਾਂ। ਐਸੇ ਸਰਦਾਰ, ਐਸੇ ਪਾਤਸ਼ਾਹ, ਐਸੇ ਬਾਦਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਕੋਟਾਂ ਕੋਟ ਪ੍ਰਣਾਮ, ਇਹਨਾਂ ਸਾਰੇ ਸ਼ਹੀਦਾਂ ਨੂੰ ਕੋਟਾਂ ਕੋਟ ਪ੍ਰਣਾਮ। ਇਹ ਲੜੀ ਮੈਂ ਇੱਥੋਂ ਆਰੰਭ ਕਰਾਂਗਾ, ਚੌਂਤੇ ਕਲਾਂ ਤੋਂ ਅੱਗੇ ਛੋਟੇ ਸਾਹਿਬਜ਼ਾਦਿਆਂ ਦੀ ਜੋ ਸ਼ਹਾਦਤ ਹੈ, ਵਜ਼ੀਰ ਖਾਨ ਦੀ ਕਚਹਿਰੀ, ਸੂਬਾ ਸਰਹੰਦ ਦੀ ਕਚਹਿਰੀ ਵਿੱਚ ਕਿੱਦਾਂ ਪਕੜੇ ਗਏ, ਕਿੱਦਾਂ ਉਹਨਾਂ ਦੀ ਕਚਹਿਰੀ ਵਿੱਚ ਜਾਣਾ।